ਸਾਊਥੀਸ਼ਨ ਪਾਲ ਸੁਣ ਰਹੇ ਸਾਰੇ ਲਿਸਨਰਸ ਦਾ ਇੱਕ ਵਾਰ ਫਿਰ ਅਸੀਂ ਸਵਾਗਤ ਕਰਦੇ ਹਾਂ ਔਰ ਸਾਡੇ ਨਾਲ ਲਾਈਨ ਦੇ ਉੱਤੇ ਇਸ ਵੇਲੇ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਹਿੰਮਤ ਸਿੰਘ ਸ਼ੇਰਗਿੱਲ ਜੀ ਜੁੜ ਗਏ ਨੇ ਸੋ ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਕਰਨ ਜਾ ਰਹੇ ਹੈਗੇ ਹਾਂ ਹਿੰਮਤ ਸਿੰਘ ਸ਼ੇਰਗਿੱਲ ਜੀ ਤੁਹਾਡਾ ਵਾਈ ਮੀਡੀਆ ਗਰੁੱਪ ਵੱਲੋਂ ਬਹੁਤ ਬਹੁਤ ਸਵਾਗਤ ਹੈ ਬਹੁਤ 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 ਧੰਨਵਾਦ ਜੀ ਵੈਲਕਮ ਸਰ ਔਰ ਸਭ ਤੋਂ ਪਹਿਲਾਂ ਤਾਂ ਜੀ ਮੈਨੂੰ ਤੁਸੀਂ ਇਹ ਦੱਸੋ ਕਿ ਆਈ ਨੋ ਕਿ ਤੁਸੀਂ ਬੜੀ ਇੱਕ ਸਟਰੋਂਗ ਕੈਂਪੇਨ ਆਲ ਓਵਰ ਪੰਜਾਬ ਲੀਡ ਕੀਤੀ ਹੈਗੀ ਆਮ ਆਦਮੀ ਪਾਰਟੀ ਦੁਆਰਾ ਔਰ ਹਰ ਪਾਰਟੀ ਵੱਲੋਂ ਆਪਣੇ ਦਾਅਵੇ ਪੇਸ਼ ਕੀਤੇ ਜਾ ਰਹੇ ਨੇ ਕਿ ਸਾਡੀ ਜਿਹੜੀ ਮੈਜੋਰਿਟੀ ਦੇ ਵਿੱਚ ਸਰਕਾਰ ਬਣ ਰਹੀ ਹੈਗੀ ਹੈ ਸੋ ਤੁਹਾਨੂੰ ਕੀ ਲੱਗਦਾ ਤੁਹਾਡੀ ਕੀ ਅਸੈਸਮੈਂਟ ਹੈਗੀ ਆਮ ਆਦਮੀ ਪਾਰਟੀ ਦੇ ਵਾਸਤੇ ਦੇਖੋ ਸਰ ਇਹ ਹੈ ਕਿ 11 ਮਾਰਚ ਤੋਂ ਸਭ ਕੁਝ ਸਾਫ਼ ਹੋਜੂਗਾ ਮੈਂ ਗਰਾਊਂਡ ਤੇ ਜੋ ਕੰਮ ਦੇਖਿਆ ਮੈਨੂੰ ਇਹ ਹੈਗਾ ਕਿ ਮੋਰ ਦੈਨ 100 ਸੀਟਸ ਹੋਣਗੀਆਂ ਆਮ ਆਦਮੀ ਪਾਰਟੀ ਦੀ ਪਰ ਹੁਣ ਆਪਾਂ ਇਹਦੀ ਡਿਸਕਸ਼ਨ ਕਰੀ ਜਾਈਏ ਉਹਦਾ ਕੋਈ ਫਾਇਦਾ ਨਹੀਂ 11 ਮਾਰਚ ਨੂੰ ਤੁਸੀਂ ਦੇਖਿਓ ਹੈਰਾਨੀਜਨਕ ਨਤੀਜੇ ਆਉਣਗੇ ਠੀਕ ਹੈ ਜੀ ਦੂਸਰਾ ਮੇਰਾ ਸਵਾਲ ਤੁਹਾਨੂੰ ਇਹ ਹੈਗਾ ਕਿ ਇੱਕ ਆਪੋਜੀਸ਼ਨ ਵੱਲੋਂ ਵੀ ਬਾਕੀ ਵਿਰੋਧੀ ਪਾਰਟੀਆਂ ਵੱਲੋਂ ਵੀ ਇਹ ਸਵਾਲ ਖੜਾ ਕੀਤਾ ਜਾ ਰਿਹਾ ਕਿ ਤੁਹਾਡਾ ਕੋਈ ਵੀ ਚੀਫ ਮਿਨਿਸਟਰ ਦਾ ਕੋਈ ਚਿਹਰਾ ਨਹੀਂ ਹੈ ਤੁਹਾਡੀ ਪਾਰਟੀ ਟ੍ਰਾਂਸਪੇਰੈਂਸੀ ਦਾ ਹਮੇਸ਼ਾ ਹੀ ਜਿਹੜਾ ਦਾਅਵਾ ਉਹ ਕਰਦੀ ਰਹੀ ਹੈ ਔਰ ਤੁਹਾਨੂੰ ਨਹੀਂ ਲੱਗਦਾ ਕਿ ਪੰਜਾਬੀਆਂ ਨੂੰ ਔਰ ਦੁਨੀਆ ਭਰ ਦੇ ਵਿੱਚ ਵਸਦੇ ਜਿਹੜੇ NRIs ਨੇ ਉਹ ਇਹ ਜ਼ਰੂਰ ਜਾਣਨਾ ਚਾਹੁੰਦੇ ਹੋਣਗੇ ਕਿ ਜੀ ਕੌਣ ਲੀਡ ਕੌਣ ਕਰੇਗਾ ਹੂ ਵਿਲ ਲੀਡ ਦਾ ਪਾਰਟੀ ਇੱਕ ਚੀਫ ਮਿਨਿਸਟਰ ਚਿਹਰਾ ਬੜਾ ਜ਼ਰੂਰੀ ਸੀਗਾ ਦੇਖੋ ਸਰ ਇਸ ਤਰ੍ਹਾਂ ਕਿ ਪਾਰਲੀਮੈਂਟਰੀ ਡੈਮੋਕ੍ਰੇਸੀ ਦੇ ਵਿੱਚ ਜਿਵੇਂ MLA ਜਿੱਥੇ ਚੂਜ਼ ਕਰਦੇ ਆ MP ਚੂਜ਼ ਕਰਦੇ ਹੈਗੇ ਆ ਉਹਦੇ ਚ ਅਲਟੀਮੇਟਲੀ ਜਿਹੜੇ ਇਲੈਕਟਡ MLAs ਹੁੰਦੇ ਆ ਉਹ ਆਪਣਾ ਡਿਸਾਈਡ ਕਰਦੇ ਕਿ ਕੌਣ ਚੀਫ ਮਿਨਿਸਟਰ ਹੋਊਗਾ ਕਿਉਂਕਿ ਪ੍ਰੈਜ਼ੀਡੈਂਸ਼ੀਅਲ ਫਾਰਮ ਆਫ ਗਵਰਨਮੈਂਟ ਦੇ ਵਿੱਚ ਕੀ ਹੁੰਦਾ ਕਿ ਜਿਵੇਂ ਪਤਾ ਹੁੰਦਾ ਕਿ ਆਹ ਬੰਦਾ ਪ੍ਰੈਜ਼ੀਡੈਂਟ ਦਾ ਕੈਂਡੀਡੇਟ ਹੈਗਾ ਇੱਥੇ ਪਹਿਲਾਂ MLAs ਬਣਨੇ ਹੁੰਦੇ ਆ ਜਿਹਨੂੰ ਮੈਜੋਰਿਟੀ ਮਿਲਦੀ ਆ ਫਿਰ ਉਹ ਡਿਸਾਈਡ ਕਰਦਾ ਹੈ ਪਾਰਟੀ ਡਿਸਾਈਡ ਕਰਦੀ ਆ ਸੋ ਆਮ ਆਦਮੀ ਪਾਰਟੀ ਤਾਂ ਦੇਰ ਆ ਗੈਲੈਕਸੀ ਆਫ ਲੀਡਰਸ ਬਹੁਤ ਸਾਰੇ ਇਸ ਤਰ੍ਹਾਂ ਦੇ ਲੀਡਰਸ ਹੈਗੇ ਆ ਜਿਹੜਾ ਪੋਟੈਂਸ਼ੀਅਲ ਚੀਫ ਮਿਨਿਸਟਰ ਮਟੀਰੀਅਲ ਨੇ ਰਾਦਰ ਮੈਂ ਤਾਂ ਇਹ ਕਹੂੰਗਾ ਕਿ ਤੁਸੀਂ ਕਾਂਗਰਸ ਦੇਖ ਲਓ ਕੈਪਟਨ ਅਮਰਿੰਦਰ ਸਿੰਘ ਕਿਵੇਂ ਉਹਨਾਂ ਦੇ ਘਪਲੇ ਕਿੱਡੇ ਕਿੱਡਿਆਂ 'ਚ ਉਹਨਾਂ ਦਾ ਨਾਂ ਹੈਗਾ ਹੈ ਸਵਿਸ ਬੈਂਕ ਅਕਾਊਂਟਸ ਖੁੱਲ੍ਹ ਗਏ ਹੋਰ ਤੁਸੀਂ ਦੇਖੋ ਕਿਵੇਂ ਉਹਨਾਂ ਨੇ ਵਿਕਰਮ ਮਜੀਠੀਏ ਨੂੰ ਸਪੋਰਟ ਕੀਤਾ ਹੈ ਡਰੱਗਸ ਦਾ ਵੀ ਜਦੋਂ CBI ਦਾ ਕੇਸ ਸੀਗਾ ਉਹਨਾਂ ਨੇ ਕਿਹਾ ਕਿ ਕੋਈ ਲੋੜ ਨਹੀਂ CBI ਨੂੰ ਜੇਨ ਦੇਣ ਦੀ ਸੋ ਬਹੁਤ ਉਹਨਾਂ ਦਾ ਜਿਹੜਾ ਪਾਸਟ ਹੈਗਾ ਕਰਪਸ਼ਨ ਵਾਲਾ ਪਾਸਟ ਹੈਗਾ ਤੇ ਵਿਕਰਮ ਮਜੀਠੀਏ ਵਰਗੇ ਸਮਗਲਰ ਨੂੰ ਸਪੋਰਟ ਕਰਨ ਵਾਲਾ ਪਾਸਟ ਹੈਗਾ ਲੋਕਾਂ ਦਾ ਝੂਠ ਬੋਲਣ ਦਾ ਹੈਗਾ ਕਹਿੰਦੇ ਸੀ ਮੈਂ ਸਭ ਨੂੰ ਨੌਕਰੀਆਂ ਦਊਂਗਾ 2002 'ਚ CM ਬਣ ਗਿਆ ਬਾਅਦ 'ਚ ਇਜ਼ ਦਾ ਫਸਟ ਚੀਫ ਮਿਨਿਸਟਰ ਜਿਹਨੇ ਨੌਕਰੀਆਂ 'ਤੇ ਰੋਕ ਲਾ ਦਿੱਤੀ ਸੋ ਇਹ ਬੈਕਗਰਾਊਂਡ ਕੈਪਟਨ ਅਮਰਿੰਦਰ ਸਿੰਘ ਦੀ ਹੈਗੀ ਹੈ ਜੋ ਕਿ ਕਾਂਗਰਸ ਦੇ ਚੀਫ ਮਿਨਿਸਟਰ ਕੈਂਡੀਡੇਟ ਨੇ ਅਤੇ ਅਕਾਲੀ ਦਲ ਦੇ ਜਿਹੜੇ ਪ੍ਰਕਾਸ਼ ਸਿੰਘ ਬਾਦਲ ਨੇ ਉਹ ਆਪਾਂ ਨੂੰ ਪਤਾ ਹੀ ਹੈ ਕਿ ਉਹਨਾਂ ਦਾ ਜੇ ਕਿਸੇ ਨੇ ਮੁੱਖ ਮੰਤਰੀ ਨੇ ਕਰਪਸ਼ਨ ਦੇ ਸਾਰੇ ਰਿਕਾਰਡ ਪੰਜਾਬ 'ਚ ਕੀ ਇੰਡੀਆ 'ਚ ਬੀਟ ਕੀਤੇ ਉਹਨਾਂ ਨੇ ਕੀਤੇ ਆ ਕਿੰਨੇ ਸਾਲ ਰਾਜਨੀਤੀ ਕੀਤੀ ਕਿੱਡੇ ਕਿੱਡੇ ਹੋਟਲ ਬਣਾ ਲਏ 500 ਹੋਟਲ ਬਣਾ ਲਏ ਬੱਸਾਂ ਦੀਆਂ ਕੰਪਨੀਆਂ ਖੜੀ ਕਰ ਲਈਆਂ TV ਚੈਨਲ ਖੜੇ ਕਰ ਲਏ ਆਪਣਾ ਸਾਰਾ ਪਰਿਵਾਰਿਕ ਕੈਬਨਿਟ ਬਿਠਾ ਤਾ ਬੇਟਾ ਡਿਪਟੀ CM ਉਹਦਾ ਸਨ ਇਨ ਲਾਅ ਜਿਹੜਾ ਬ੍ਰਦਰ ਇਨ ਲਾਅ ਹੈਗਾ ਉਹ ਨਸ਼ਿਆਂ ਦਾ ਤਸਕਰ ਮਜੀਠੀਆ ਸਨ ਇਨ ਲਾਅ ਆਦੇਸ਼ ਕਹਿਰੋ ਡਾਕਟਰ ਨੂੰ ਮਤਲਬ ਸਾਰਾ ਇਹਨਾਂ ਦੋਨਾਂ ਤੋਂ ਤਾਂ ਸਾਡੇ ਹਰ ਕੈਂਡੀਡੇਟ ਇਜ਼ ਅ ਬੈਟਰ ਚੀਫ ਮਿਨਿਸਟਰ ਕੈਂਡੀਡੇਟ ਦੈਨ ਪ੍ਰਕਾਸ਼ ਸਿੰਘ ਬਾਦਲ ਐਂਡ ਕੈਪਟਨ ਅਮਰਿੰਦਰ ਸਿੰਘ ਸੋ ਔਨ 11th March ਵਾਂਸ ਦਾ ਰਿਜ਼ਲਟ ਆਊਟ ਉਦੋਂ ਫਿਰ ਪਾਰਟੀ ਬੈਠ ਕੇ ਸਾਰੇ MLAs ਬੈਠ ਕੇ ਫੈਸਲਾ ਕਰੂਗੀ ਸਰ ਤੁਸੀਂ ਇਹ ਗੱਲ ਕਰ ਰਹੇ ਹੋ ਲੇਕਿਨ ਉਹ ਇਹ ਕਹਿੰਦੇ ਨੇ ਕਿ ਜੀ ਜਦੋਂ ਅਸੀਂ ਉਹਨਾਂ ਨੂੰ ਇਹ ਗੱਲ ਕਰਦੇ ਹਾਂ ਬੀਇੰਗ ਇਨ ਮੀਡੀਆ ਅਸੀਂ ਉਹਨਾਂ ਨੂੰ ਕੁਐਸਚਨ ਕਰਦੇ ਹਾਂ ਕਿ ਜੀ ਤੁਹਾਡੇ ਆਪਣੇ ਚੈਨਲ ਚੱਲ ਰਹੇ ਨੇ ਸਾਰਾ ਕੁਝ ਹੋ ਰਿਹਾ ਉਹ ਤਾਂ ਕਿਤੇ ਸਾਬਿਤ ਹੀ ਨਹੀਂ ਹੋ ਕਹਿੰਦਾ ਜੀ ਮੇਰੇ ਖਿਲਾਫ ਕੁਝ ਵੀ ਕੁਝ ਸਾਬਿਤ ਹੀ ਨਹੀਂ ਹੁੰਦਾ ਦੂਸਰਾ ਮੈਂ ਤੁਹਾਨੂੰ ਇਸ ਤੋਂ ਚਲੋ ਉਹਨਾਂ ਦੀ ਗੱਲ ਵੀ ਬਾਅਦ 'ਚ ਕਰਦੇ ਮੈਂ ਤੁਹਾਨੂੰ ਇੱਕ ਚੀਜ਼ ਪੁੱਛਣਾ ਚਾਹੁੰਦਾ ਜੇ ਤੁਹਾਡੀ ਸਰਕਾਰ ਬਣ ਗਈ ਤੁਸੀਂ ਮੇਕ ਸ਼ੋਰ ਕਿੱਦਾਂ ਕਰੋਗੇ ਕਿ ਤੁਹਾਡਾ ਕੋਈ ਵੀ ਜਿਹੜਾ MLA ਹੈ ਜਾਂ ਤੁਹਾਡਾ ਕੋਈ ਵੀ ਕੈਬਨਿਟ ਮਿਨਿਸਟਰ ਹੈ ਆਪਣੇ ਨਾਮ ਨਹੀਂ ਸ਼ੁਰੂ ਕਰੇਗਾ ਆਪਣੇ ਕਿਸੇ ਭਰਾ ਦੇ ਨਾਮ ਤੇ ਆਪਣੀ ਵਾਈਫ ਦੇ ਨਾਮ ਤੇ ਬੇਟੇ ਦੇ ਨਾਮ ਤੇ ਕੋਈ ਬਿਜ਼ਨਸ ਸ਼ੁਰੂ ਕਰ ਲੇਗਾ ਬੱਸਾਂ ਤੁਹਾਡੀਆਂ ਮਿਨਿਸਟਰ ਨਾਲ ਚਲਾਉਣ ਲੱਗ ਪੈਣ TV ਚੈਨਲ ਨਾਲ ਖੋਲਣ ਲੱਗ ਪੈਣ ਹੋਟਲ ਨਾਲ ਤੁਹਾਡੇ ਬੰਦੇ ਬਣਾਉਣ ਲੱਗ ਪੈਣ ਇਹਦੇ ਇਹ ਤੁਸੀਂ ਕਿੱਦਾਂ ਮੇਕ ਸ਼ੋਰ ਕਰੋਗੇ ਇਹਨੂੰ ਅੱਛਾ ਪਹਿਲੀ ਗੱਲ ਤਾਂ ਜਦੋਂ ਸੁਖਬੀਰ ਸਿੰਘ ਬਾਦਲ ਨੂੰ ਅਗਲੀ ਵਾਰੀ ਗੱਲ ਕਰੋਗੇ ਨਾ ਮੈਂ ਖੁਦ ਉਹਨਾਂ ਦੇ ਖਿਲਾਫ ਕੇਸ ਕੀਤਾ ਸੀ 2011 ਦੇ ਵਿੱਚ ਉਦੋਂ ਆਮ ਆਦਮੀ ਪਾਰਟੀ ਵੀ ਨਹੀਂ ਬਣੀ ਸੀ ਤੇ ਮੈਂ ਵੀ ਪੋਲਿਟਿਕਸ ਨਹੀਂ ਆਇਆ ਸੀ ਮੈਂ ਇੱਕ ਉਦੋਂ ਵਕੀਲ ਸੀਗਾ ਮੈਂ PIL ਕੀਤੀ ਸੀ ਉਸ ਕੇਸ ਦੇ ਵਿੱਚ ਸੁਖਬੀਰ ਬਾਦਲ ਨੂੰ ਮੰਨਣਾ ਪਿਆ ਸੀ ਕਿ ਹੀ ਇਜ਼ ਦੀ ਓਨਰ ਆਫ PTC ਚੈਨਲ ਹਾਊ ਹੀ ਇਜ਼ ਓਨਰ ਆਫ PTC ਚੈਨਲ ਦੇਰ ਇਜ਼ ਅ ਕੰਪਨੀ ਕਾਲਡ ਆਰਬਿਟ ਰਿਜ਼ੋਰਟਸ ਪ੍ਰਾਈਵੇਟ ਲਿਮਿਟਡ ਮੈਂ ਸਾਰੇ ਕਾਗਜ਼ ਲਗਾਏ ਸੀ ਹਾਈ ਕੋਰਟ ਦੇ ਵਿੱਚ ਤੇ ਸੁਖਬੀਰ ਸਿੰਘ ਬਾਦਲ ਨੇ ਮੰਨ ਲਿਆ ਸੀ ਕਿ ਉਹੀ ਓਨਰ ਨੇ PTC ਚੈਨਲ ਦੇ ਤੁਸੀਂ ਦੁਬਾਰਾ ਪੁੱਛ ਲਿਓ ਮੇਰਾ ਕੋਰਟ ਕਰ ਦਿਓ ਪੁੱਛੋ ਕਿ ਕੇਸ ਦੇ ਵਿੱਚ ਤੁਸੀਂ ਹਾਈ ਕੋਰਟ ਦੇ ਵਿੱਚ ਮੰਨੇ ਸੀ ਕਿ ਨਹੀਂ ਮੰਨੇ ਸੀਗੇ ਔਨ ਰਿਕਾਰਡ ਹੈਗਾ ਟ੍ਰਿਬਿਊਨ ਦੀਆਂ ਖਬਰਾਂ ਵੀ ਹੈਗੀਆਂ ਇਹ ਮੇਰੇ ਹਿਸਾਬ ਨਾਲ ਇਹ ਗੱਲ ਹੈਗੀ ਆ ਅਕਤੂਬਰ ਨਵੰਬਰ 2011 ਦੀ ਤੁਸੀਂ ਟ੍ਰਿਬਿਊਨ ਦੀ ਅਖਬਾਰਾਂ ਆਨਲਾਈਨ ਦੇਖ ਲਓ ਉਹਦੇ 'ਚ ਵੀ ਖਬਰਾਂ ਕਿ PTC ਚੈਨਲ ਦਾ ਓਨਰ ਸੁਖਬੀਰ ਬਾਦਲ ਨੇ ਮੰਨਿਆ ਸੀਗਾ ਆਰਬਿਟ ਰਿਜ਼ੋਰਟਸ ਕੰਪਨੀ ਹੈਗੀ ਆ ਉਹਦੀ ਅੱਗੇ 99% ਸਬਸਿਡੀ ਕੰਪਨੀ ਹੈਗੀ ਆ ਗੁਰਬਾਜ਼ ਮੀਡੀਆ ਗੁਰਬਾਜ਼ ਮੀਡੀਆ ਦੀ ਅੱਗੇ 99% ਸਬਸਿਡੀ ਕੰਪਨੀ ਹੈਗੀ ਹੈ ਜੀ ਨੈਕਸਟ ਤੇ ਜੀ ਨੈਕਸਟ ਓਨਸ PTC ਚੈਨਲ ਤੇ ਆਰਬਿਟ ਰਿਜ਼ੋਰਟ ਕੰਪਨੀ ਦਾ ਜਿਹੜਾ ਮੈਜੋਰਿਟੀ ਸ਼ੇਅਰ ਹੋਲਡਰ ਆ ਉਹ ਸੁਖਬੀਰ ਸਿੰਘ ਬਾਦਲ ਆ ਤੇ 2011 ਦੇ ਵਿੱਚ ਆਰਬਿਟ ਰਿਜ਼ੋਰਟਸ ਪ੍ਰਾਈਵੇਟ ਲਿਮਿਟਡ ਦੀ ਚੇਅਰਮੈਨ ਮੈਨੇਜਿੰਗ ਡਾਇਰੈਕਟਰ
ਸੀਗੀ ਹਰਸਿਮਰਤ ਕੌਰ ਬਾਦਲ ਤੇ ਮੰਤਰੀ ਬਣਨ ਤੋਂ ਬਾਅਦ ਇਹ ਹਟੀ ਆ, ਉਦੋਂ ਇਹੀ ਸੀ ਤੇ ਇਹਦੀ ਸੈਲਰੀ ਸੀ 3,60,00,000 ਰੁਪਇਆ ਸਾਲ ਦੀ ਸੈਲਰੀ ਸੀ। ਇਹ ਸਾਰੀਆਂ ਗੱਲਾਂ ਤੱਥਾਂ ਤੇ ਇਹਨਾਂ ਦੇ ਐਨੁਅਲ ਰਿਟਰਨਸ, ਇਹਨਾਂ ਦੇ ਬੈਲੈਂਸ ਸ਼ੀਟਸ ਕੋਰਟ ਰੱਖੀਆਂ ਗਈਆਂ ਸੀ। ਸੁਖਬੀਰ ਸਿੰਘ ਬਾਦਲ ਮੰਨਿਆ ਸੀ। ਮੈਂ ਜਿਹੜੀ ਵੀ ਕੋਈ ਗੱਲ ਕਰਦਾ, ਮੈਂ ਖੁਦ ਪੇਸ਼ੇ ਤੋਂ ਵਕੀਲ ਹਾਂ, ਬੈਰਿਸਟਰ ਹਾਂ, ਮੈਂ ਤੱਥਾਂ ਨਾਲ ਹੀ ਗੱਲ ਕੀਤੀ ਆ। ਝੂਠ ਬੋਲਣ ਨੂੰ ਸੁਖਬੀਰ ਬਾਦਲ ਜੋ ਮਰਜ਼ੀ ਤੁਹਾਨੂੰ ਬੋਲਦੇ, ਮੈਂ ਤੱਥਾਂ ਤੇ ਗੱਲ ਕਰ ਰਿਹਾ। ਮੇਰੀ ਆਵਾਜ਼ ਵੀ ਰਿਕਾਰਡ ਹੋ ਰਹੀ, ਤੁਸੀਂ ਇਹਨੂੰ ਪੁੱਛ ਸਕਦੇ ਹੋ ਕਿ ਤੂੰ ਪੀ ਟੀ ਸੀ ਚੈਨਲ ਦਾ ਮਾਲਕ ਹੈ ਕਿ ਨਹੀਂ ਹੈ, ਤੇ ਕਾਗਜ਼ ਮੇਰੇ ਕੋਲ ਹੈਗੇ, ਸਾਰੇ ਕਾਗਜ਼ ਮੇਰੇ ਕੋਲ ਹੈਗੇ। ਹਾਈ ਕੋਰਟ ਦੇ ਵਿੱਚ ਉਹਨੂੰ ਮੰਨਣਾ ਪਿਆ ਸੀ। ਤੇ ਦੂਸਰੀ ਗੱਲ ਉਹਨੇ ਜਿਹੜਾ ਰਿਪਲਾਈ ਫਾਈਲ ਕੀਤਾ ਸੀ ਉਹਦੇ 'ਚ ਉਹਨੂੰ ਮੰਨਣਾ ਪਿਆ ਸੀ, ਮੰਨਿਆ ਸੀ ਉਹ, ਕਿਉਂਕਿ ਮੈਂ ਸਾਰੇ ਕਾਗਜ਼ ਦਿਖਾ ਦਿੱਤੇ ਸੀ। ਤੇ ਦੂਸਰੀ ਗੱਲ ਇਹ ਕਿ ਤੁਸੀਂ ਜਿਹੜੀਆਂ ਗੱਲਾਂ ਕਰਦੇ ਹੋ ਕਿ ਦੇਖੋ ਆਮ ਆਦਮੀ ਪਾਰਟੀ ਸਰਕਾਰ ਦਿੱਲੀ 'ਚ ਬਣੀ, ਤੁਸੀਂ ਮੈਨੂੰ ਦੱਸੋ ਕਿ ਕੇਜਰੀਵਾਲ ਜੀ ਜਾਂ ਕਿਸੇ ਵੀ ਮਿਨਿਸਟਰ, ਕਿਸੇ ਵੀ ਐਮ ਐਲ ਏ ਨੇ ਕੋਈ ਬੱਸਾਂ ਦੀਆਂ ਕੰਪਨੀਆਂ, ਕੋਈ ਹੋਟਲ ਬਣਾਏ? ਇੱਥੇ ਜਿਹੜੀਆਂ ਵੀ ਇਹ ਪ੍ਰੋਪਰਟੀਆਂ, ਹੋਟਲ, ਇਹ ਮੈਂ ਬੇਨਾਮੀ ਦੀ ਗੱਲ ਨਹੀਂ ਕਰਦਾ, ਇਹ ਨਾਮੀ ਆ। ਸੁਖਬੀਰ ਬਾਦਲ ਔਰਬਿਟ ਰਿਜ਼ੋਰਟਸ ਕੰਪਨੀ ਦਾ ਮੈਜੋਰਿਟੀ ਸ਼ੇਅਰ ਹੋਲਡਰ ਆ, ਉਹਦੇ ਨਾਂ ਤੇ 3-3 5-star ਹੋਟਲ ਨੇ। ਸੁਖਬੀਰ ਬਾਦਲ ਦੇ ਨਾਂ ਤੇ ਬੱਸਾਂ ਨੇ, ਇਹਨਾਂ ਦੀ ਕੰਪਨੀ ਔਰਬਿਟ ਰਿਜ਼ੋਰਟਸ ਜਿਹਦਾ ਮੈਜੋਰਿਟੀ ਸ਼ੇਅਰ ਹੋਲਡਰ ਆ। ਕਾਗਜ਼ ਨੇ, ਇਹਨਾਂ ਦੇ ਇੱਕ ਔਰਬਿਟ ਏਵੀਏਸ਼ਨ ਕੰਪਨੀ ਆ, ਔਰਬਿਟ ਰਿਜ਼ੋਰਟਸ ਦੀ ਸਬਸਿਡਰੀ, ਉਹਦਾ ਡਾਇਰੈਕਟਰ ਹੈ ਗੁਰਮੇਹਰ ਮਜੀਠੀਆ, ਜਿਹੜਾ ਕਿ ਵਿਕਰਮ ਮਜੀਠੀਆ ਤੇ ਹਰਸਿਮਰਤ ਦਾ ਸਕਾ ਭਰਾ ਹੈ। ਸੋ ਅਸੀਂ ਜਿਹੜੀ ਵੀ ਗੱਲ ਕਰਦੇ ਹਾਂ ਤੱਥਾਂ ਤੇ ਗੱਲ ਕਰਦੇ ਹਾਂ, ਡਾਕੂਮੈਂਟਸ ਤੇ ਗੱਲ ਕਰਦੇ ਹਾਂ। ਆਮ ਆਦਮੀ ਪਾਰਟੀ ਦੀ ਸਰਕਾਰ ਦਿੱਲੀ 'ਚ ਬਣੀ ਸੀ, ਕਿਸੇ ਵੀ ਐਮ ਐਲ ਏ, ਕਿਸੇ ਵੀ ਮੰਤਰੀ ਨੇ ਕੋਈ ਵੀ ਕਿਸੇ ਵੀ ਕਿਸਮ ਦੀ ਇਸ ਤਰ੍ਹਾਂ ਦੀ ਪ੍ਰੋਪਰਟੀ ਨਹੀਂ ਬਣਾਈ, ਬੱਸਾਂ ਨਹੀਂ ਲਈਆਂ, ਟੀ ਵੀ ਚੈਨਲ ਨਹੀਂ ਖੋਲ੍ਹਿਆ। ਸੋ ਤੁਸੀਂ ਸਾਡਾ ਉਹ ਪਾਸਟ ਕੰਡਕਟ ਹੈਗਾ, ਗਾਂ ਤੋਂ ਵੀ ਤੁਸੀਂ ਦੇਖ ਲਿਓ। ਆਮ ਆਦਮੀ ਪਾਰਟੀ 'ਚ ਤਾਂ ਇੱਕ ਪਰਿਵਾਰ ਤੋਂ ਦੋ ਮੈਂਬਰ ਇਲੈਕਸ਼ਨ ਵੀ ਨਹੀਂ ਲੜ ਸਕਦੇ। ਨੋ ਟੂ ਪੀਪਲ ਫਰੋਮ ਦਾ ਸੇਮ ਫੈਮਲੀ ਕੈਨ ਫਾਈਟ ਇਲੈਕਸ਼ਨ। ਇੱਥੇ ਪ੍ਰਕਾਸ਼ ਸਿੰਘ ਬਾਦਲ ਚੀਫ ਮਿਨਿਸਟਰ ਸਨ, ਡੈਪਟੀ ਚੀਫ ਮਿਨਿਸਟਰ ਸਨ, ਬ੍ਰਦਰ ਇਨ ਲਾਅ ਮਿਨਿਸਟਰ, ਸਨ ਇਨ ਲਾਅ ਆਦੇਸ਼ ਕਹਿ ਰਹੇ ਹੋ ਮਿਨਿਸਟਰ, ਸਿਮਰਤ ਮਿਨਿਸਟਰ, ਤੋਂ ਬਹੁਤ ਜ਼ਿਆਦਾ ਫਰਕ ਹੈਗਾ। ਇਸੇ ਕਰਕੇ ਲੋਕਾਂ ਨੇ ਝਾੜੂ ਦੇ ਨਾਲ ਬਹੁਤ ਪਿਆਰ ਕੀਤਾ। ਉਹਨਾਂ ਨੇ ਅਰਵਿੰਦ ਕੇਜਰੀਵਾਲ ਜੀ ਦੀ ਜੋ ਇਮਾਨਦਾਰੀ ਦੀ ਗਾਰੰਟੀ ਹੈਗੀ ਲੋਕਾਂ ਨੂੰ, ਹੋਰ ਕਿਸੇ ਲੀਡਰ ਨੂੰ ਟਰੱਸਟ ਨਹੀਂ ਕਰਦੇ ਇਸ ਵੇਲੇ, ਉਹ ਅਰਵਿੰਦ ਕੇਜਰੀਵਾਲ ਜੀ ਨੂੰ ਟਰੱਸਟ ਕਰਦੇ। ਜਿਵੇਂ ਅਰਵਿੰਦ ਕੇਜਰੀਵਾਲ ਜੀ ਨੇ ਸਾਫ਼ ਕੀਤਾ, ਕਹਿੰਦਾ ਜਿਹੜਾ ਮੁੱਖ ਮੰਤਰੀ ਹੋਊ ਪੰਜਾਬ ਦਾ, ਉਹ ਪੰਜਾਬ ਦਾ ਹੀ ਹੋਊ, ਬਟ ਜਿੰਨੇ ਵਾਅਦੇ ਕੀਤੇ ਆ, ਕਿਉਂਕਿ ਅਰਵਿੰਦ ਜੀ ਸਾਡੀ ਪਾਰਟੀ ਦੇ ਹੈੱਡ ਨੇ, ਜਿੰਨੇ ਵਾਅਦੇ ਕੀਤੇ ਆ ਪੰਜਾਬ ਦੇ ਲੋਕਾਂ ਦੇ ਨਾਲ, ਉਹ ਅਰਵਿੰਦ ਕੇਜਰੀਵਾਲ ਜੀ ਦੀ ਗਾਰੰਟੀ ਆ ਕਿ ਉਹ ਪੂਰੇ ਹੋਣਗੇ। ਅਰਵਿੰਦ ਕੇਜਰੀਵਾਲ ਜੀ ਨੇ ਸ਼ੋਰ ਕੀਤਾ ਕਿ ਜੋ ਜੋ ਵਾਅਦੇ ਕੀਤੇ ਪੂਰੇ ਹੋਣਗੇ, ਜਿਵੇਂ ਦਿੱਲੀ 'ਚ ਜਿਹੜੇ ਜਿਹੜੇ ਵਾਅਦੇ ਕੀਤੇ ਉਹ ਪੂਰੇ ਹੋਏ। ਇਹ ਤੁਸੀਂ ਕਹਿ ਰਹੇ ਹੋ ਕਿ ਉਸ ਵਾਅਦੇ ਪੂਰੇ ਕਰਨਗੇ, ਇੱਕ ਤੁਸੀਂ ਕਿਉਂਕਿ ਲਾਅ ਬੈਕਗ੍ਰਾਉਂਡ ਤੋਂ ਹੈਗੇ ਹੋ ਔਰ ਤੁਹਾਡਾ ਪੈਸ਼ਨ ਵੀ ਜਿਹੜਾ ਹੈ ਜੀ ਉਹ ਨਜ਼ਰ ਆ ਰਿਹਾ ਤੁਹਾਡੀ ਗੱਲਬਾਤ ਦੇ ਵਿੱਚ, ਲੇਕਿਨ ਕੱਲ੍ਹ ਨੂੰ NRIs ਜਦੋਂ ਇੰਡੀਆ ਜਾਣਗੇ, ਤੁਸੀਂ ਮੇਕ ਸ਼ੋਰ ਕਰੋਗੇ ਕਿ ਜੀ ਕਿੰਨੀ ਦੇਰ ਦੇ ਵਿੱਚ ਇਹ ਹੋ ਜਾਏਗਾ ਕਿ ਲਾਅ ਐਂਡ ਆਰਡਰ ਦੀ ਜਿਹੜੀ ਸਿਚੁਏਸ਼ਨ ਹੈਗੀ ਹੈ ਉਹ ਪੂਰੀ ਤਰ੍ਹਾਂ ਇੰਪਰੂਵ ਹੋ ਜਾਏਗੀ? ਕੋਈ ਜ਼ਿਲ੍ਹਾ, ਕੋਈ ਐਸਾ ਕੋਈ ਤੁਸੀਂ ਦੱਸ ਸਕੋਗੇ ਕਿ ਜੀ ਕਰਪਸ਼ਨ ਵਾਸਤੇ ਕਿੰਨੀ ਕੁ ਟੋਲਰੈਂਸ ਹੋਏਗੀ? ਸਰ ਜੀ, ਜਿੱਦਣ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਹੁੰ ਚੁੱਕ ਲਈ, ਠੀਕ ਹੈ, ਉਦਣ ਹੀ ਇੱਥੇ ਕਰਪਸ਼ਨ ਖਤਮ ਹੋ ਜਾਊਗੀ, ਕਿਉਂਕਿ ਪੂਰਾ ਜਿਹੜਾ ਵੀ ਕਰਪਸ਼ਨ ਕਰੇਗਾ ਉਹ ਬਖਸ਼ਿਆ ਨਹੀਂ ਜਾਏਗਾ, ਕੋਈ ਵੀ ਹੋਏਗਾ, ਤੇ ਪਰਸੈਂਟੇਜ ਤਾਂ 0% ਤੇ ਵਾਧਾ ਹੈ ਕਰਪਸ਼ਨ ਤਾਂ ਜਿਹੜਾ ਬੰਦਾ ਹੁਣ ਤਾਂ ਇਹ ਰਲ ਕੇ ਕਰਪਸ਼ਨ ਕਰ ਰਹੇ ਸੀ ਨਾ। ਅੰਗਰੇਜ਼ੀ ਦੀ ਕਹਾਵਤ ਹੁੰਦੀ ਹੈ ਕੀਪ ਦਾ ਟੌਪ ਕਲੀਨ, ਵਟ ਐਵਰ ਪਰਕੂਲੇਟਸ ਡਾਊਨ ਵਿਲ ਫੋਲੋ ਸੂਟ। ਉੱਪਰ ਹੀ ਜਦੋਂ ਗੰਦ ਪਿਆ ਹੋਇਆ, ਬਾਦਲ ਨੇ ਖੁਦ ਹੀ ਸਾਰਾ ਪਰਿਵਾਰ ਮੰਤਰੀ ਮੰਡਲ ਚੱਕਿਆ ਹੈ। ਬਾਦਲ ਸਾਰੀ ਉਮਰ ਕਰਪਸ਼ਨ ਹੀ ਕਰਦਾ ਰਿਹਾ, ਪ੍ਰਕਾਸ਼ ਸਿੰਘ ਬਾਦਲ ਇਜ਼ ਦ ਮੋਸਟ ਕਰਪਟ ਚੀਫ ਮਿਨਿਸਟਰ। ਕੈਪਟਨ ਅਮਰਿੰਦਰ ਸਿੰਘ ਨੇ ਕਿੱਡੀ ਕਿੱਡੀ ਕਰਪਸ਼ਨ ਕੀਤੀ, ਲੁਧਿਆਣਾ ਸਿਟੀ ਸੈਂਟਰ ਬਣਾ ਲਿਆ, ਸਵਿਸ ਬੈਂਕ ਨੂੰ, ਇਹ ਆਪ ਉੱਪਰ ਵਾਲੇ ਕਰਪਸ਼ਨ ਕਰਦੇ ਹੋਏ ਹੇਠਲੇ ਵੀ ਕਰਦੇ ਆ। ਕੇਜਰੀਵਾਲ ਜੀ ਬੈਠੇ, ਹਾਂਜੀ ਸਰ, ਆਈ ਐਮ ਗਲੈਡ ਟੂ ਹੀਅਰ ਕਿ ਤੁਸੀਂ ਕਿਹਾ ਕਿ ਜ਼ੀਰੋ ਟੋਲਰੈਂਸ ਫੋਰ ਕਰਪਸ਼ਨ, ਮੈਂ ਇਹੀ ਸੁਣਨਾ ਚਾਹ ਰਿਹਾ ਸੀਗਾ। ਲੇਕਿਨ ਕਿਸ ਤਰ੍ਹਾਂ ਤੁਸੀਂ ਮੇਕ ਸ਼ੋਰ ਕਰੋਗੇ ਕਿ ਕੋਈ ਵੀ ਜਿਹੜੀ ਕਰਪਸ਼ਨ ਆ, ਫਸਟ ਆਫ ਆਲ ਲਾਅ ਐਂਡ ਆਰਡਰ ਸਿਚੁਏਸ਼ਨ ਤੋਂ ਲੈ ਲਈਏ, ਕਿਉਂਕਿ ਵਿਦ ਡਿਊ ਰਿਸਪੈਕਟ ਅਗੇਨ, ਯੂ ਨੋ, ਅਸੀਂ ਜਾਣਦੇ ਹਾਂ ਕਿ ਯੈਸ, ਪੁਲਿਸ ਡਿਪਾਰਟਮੈਂਟ ਦੇ ਵਿੱਚ ਖਾਸ ਕਰ ਜਿਹੜੇ NRIs ਜਾਂਦੇ ਨੇ ਪਰੇਸ਼ਾਨੀ ਹੁੰਦੀ ਹੈ, ਕਿਤੇ ਨਾ ਕਿਤੇ ਪੈਸੇ ਲੈਣ ਦੇਣ ਹੁੰਦਾ ਹੈ। ਸੋ ਜ਼ੀਰੋ ਟੋਲਰੈਂਸ ਤੁਹਾਡੀ ਸਰਕਾਰ ਬਣਦੇ ਹੀ ਸਹੁੰ ਤੁਸੀਂ ਚੁੱਕ ਲਈ, ਸੋ ਚਲੋ 1 April ਤੋਂ ਹੀ ਲਗਾ ਲਈਏ। ਕਿਆ 1 April ਤੋਂ ਤੁਸੀਂ ਅੱਜ ਐਲਾਨ ਕਰ ਦਿਓ, ਇੱਥੇ ਸਾਡੇ ਚੈਨਲ ਦੇ ਉੱਤੇ ਵਾਈ ਮੀਡੀਆ ਗਰੁੱਪ ਤੇ ਐਲਾਨ ਕਰ ਦਿਓ ਕਿ 1 April ਤੋਂ ਬਿਲਕੁਲ ਜ਼ੀਰੋ ਹੋ ਜਾਏਗੀ, ਕੋਈ ਵੀ ਪੁਲਿਸ ਵਾਲਾ ਪੈਸਾ ਨਹੀਂ ਲਏਗਾ ਕਿਸੇ ਤੋਂ ਵੀ, ਨਾ ਪੰਜਾਬੀਆਂ ਤੋਂ, ਨਾ NRIs ਤੋਂ। ਜਿੱਦਣ ਸਰਕਾਰ ਬਣ ਜੂਗੀ ਉਸੇ ਵੇਲੇ ਹੀ ਇਹ ਹੋ ਜੂਗਾ ਕਿ ਕੋਈ ਜਿਹੜਾ ਪੈਸਾ ਲਊਗਾ ਉਸੇ ਵੇਲੇ ਉਹ ਪਨਿਸ਼ ਕੀਤਾ ਜਾਊਗਾ, ਉਸੇ ਵੇਲੇ। ਤੇ ਜਦੋਂ 1-2 ਪਨਿਸ਼ ਹੋ ਗਏ, ਬਾਕੀ ਸਾਰੇ ਸਿੱਧੇ ਹੋ ਜਾਣਗੇ, ਠੀਕ ਹੈ ਨਾ। ਉਹ ਤਾਂ ਇੰਨਾ ਜ਼ਿਆਦਾ ਲੋਕਾਂ ਨੂੰ ਅਰਵਿੰਦ ਕੇਜਰੀਵਾਲ ਤੋਂ, ਆਮ ਆਦਮੀ ਪਾਰਟੀ ਤੋਂ ਡਰ ਗਏ ਸਾਰੇ, ਇਹਨਾਂ ਨੂੰ ਪਤਾ ਹੈ ਕਿ ਇਹਨਾਂ ਨੇ ਕਰਪਸ਼ਨ ਨਹੀਂ ਹੋਣ ਦੇਣੀ। ਤਾਂ ਉਹਨਾਂ ਨੂੰ ਉੱਪਰ ਪਤਾ ਸੀ ਬਾਦਲ ਬੈਠਾ ਆਪ ਵੀ ਖਾਂਦਾ ਹੈ, ਕੈਪਟਨ ਬੈਠਾ ਇਹ ਆਪ ਵੀ ਖਾਂਦੇ ਹੁੰਦੇ, ਤੇ ਲੋਕ ਵੀ ਖਾਣ ਲੱਗ ਗਏ। ਇੱਥੇ ਤਾਂ ਇੰਨਾ ਉਦਣ ਜਿੱਦਣ ਸਹੁੰ ਚੁੱਕ ਲਈ, ਤੁਸੀਂ ਉਦਣ ਦੇਖਿਓ ਕਿ ਉਸੇ ਵੇਲੇ ਇੱਕ ਮੈਸੇਜ ਚਲੇ ਜਾਏਗਾ, ਜਿਹੜਾ ਕਰੇਗਾ ਨਾਲ ਦੀ ਨਾਲ ਉਹ ਤੇ ਕੀ ਕਹਿੰਦੇ ਆ ਕਾਰਵਾਈ ਹੋਏਗੀ। ਕੋਈ ਤਹਿਸੀਲਦਾਰ ਜਿਹੜਾ ਕਰੇਗਾ ਉਹਨੂੰ ਕਾਰਵਾਈ ਹੋਏਗੀ, ਕੋਈ DSP, ਕੋਈ SHO, ਕੋਈ SP, ਕੋਈ IES, ਕੋਈ IPS, ਕੋਈ ਵੀ ਕੀ ਕਹਿੰਦੇ ਆ ਸੋਚ ਵੀ ਨਹੀਂ ਸਕੂਗਾ ਕਿ ਕਰਪਸ਼ਨ ਕਰਨੀ ਆ ਇਹੋ ਜਿਹਾ। ਤੁਸੀਂ ਉਹ ਤਾਂ ਆਉਂਦੇ ਹੀ, ਉਹ ਤਾਂ ਜਦੋਂ ਆਮ ਆਦਮੀ ਪਾਰਟੀ ਨੇ ਸੌਂਗ ਕਰ ਲਈ ਫਰੋਮ
ਜਦੋਂ ਅਸੀਂ ਵੀ ਪੰਜਾਬ ਦੇ ਲੋਕ ਇੱਥੇ ਸਾਰੇ ਦੁਨੀਆਂ ਨੂੰ ਆਪਾਂ ਇੱਕ ਦਿਸ ਵਿਲ ਬੀ ਫੋਰ ਦਾ ਮਾਡਲ ਫੋਰ ਦਾ ਹੋਲ ਵਰਲਡ, ਸਾਰੀ ਦੁਨੀਆਂ ਦੇਖੂਗੀ ਕਿ ਇੱਥੇ ਕਰਪਸ਼ਨ ਖਤਮ ਹੋ ਗਈ ਹੈ। ਠੀਕ ਹੈ, ਜੇ ਤੁਹਾਡੀਆਂ 60 ਸੀਟਾਂ ਨਹੀਂ ਆਈਆਂ ਤੁਹਾਨੂੰ, ਜੇ ਕਿਤੇ 50 ਸੀਟਾਂ ਜਾਂ 45 ਸੀਟਾਂ ਰਹਿ ਗਈਆਂ, ਕਿਸੇ ਹੋਰ ਪਾਰਟੀ ਦੀ ਸਪੋਰਟ ਲੈ ਕੇ ਸਰਕਾਰ ਬਣਾਓਗੇ ਫਿਰ? ਸਰ ਮੇਰੀ ਪਹਿਲੀ ਗੱਲ ਤਾਂ ਸੀਟਾਂ ਦਿੱਲੀ ਦੇਖ ਲਓ, ਉੱਥੋਂ ਜੇ ਤਾਂ ਹੈ ਨਾ, ਜੇ ਜੇ ਵਾਲੀ ਤਾਂ ਗੱਲ ਹੀ ਨਹੀਂ ਹੈਗੀ ਇਸ ਵੇਲੇ। ਬਾਕੀ ਆਮ ਆਦਮੀ ਪਾਰਟੀ ਕਿਸੇ ਨਾਲ, ਕਿਉਂਕਿ ਕਾਂਗਰਸ ਪਾਰਟੀ ਦੇ ਨਾਲ ਤਾਂ ਅਕਾਲੀ ਦਲ ਦੇ ਨਾਲ ਤਾਂ ਮਤਲਬ ਹੀ ਕੋਈ ਨਹੀਂ, ਕਿਉਂਕਿ ਸਾਡਾ ਉਹ ਕਰਪਟ ਪਾਰਟੀ ਹੈਗੀਆਂ, ਉਹਨਾਂ ਦੇ ਨਾਲ ਕੋਈ ਮਤਲਬ ਨਹੀਂ ਸਰਕਾਰ ਬਣਾਉਣ ਦੀ। ਜੇ ਜੇ ਤੁਹਾਡੀਆਂ ਆ ਗਈ ਮੈਜੋਰਟੀ ਫਿਰ ਤਾਂ ਠੀਕ ਹੈ। ਮੇਰਾ ਸਵਾਲ ਇਸੇ ਮੁੱਦੇ ਤੇ ਹੈ ਨਾ, ਵੀ ਜੇ ਨਹੀਂ ਆਈ, ਐਨੀਥਿੰਗ ਇਜ਼ ਪੋਸੀਬਲ, ਪੰਜਾਬ ਦੇ ਲੋਕਾਂ ਦਾ ਫਤਵਾ ਤੇ ਰਿਸਪੈਕਟ ਕਰਨਾ ਪਏਗਾ ਨਾ, ਜੇ ਪੰਜਾਬ ਦੇ ਲੋਕਾਂ ਨੇ ਕਿਹਾ ਕਿ ਮੈਂਡੇਟ ਤਾਂ ਦਿੱਤਾ ਤੁਹਾਨੂੰ। ਜੀ ਪੰਜਾਬ ਦੇ ਗੱਲ ਇਹ ਕਿ ਕਾਂਗਰਸ ਪਾਰਟੀ ਇਜ਼ ਅ ਕਰਪਟ ਪਾਰਟੀ, ਅਕਾਲੀ ਦਲ ਇਜ਼ ਅ ਕਰਪਟ ਪਾਰਟੀ, ਵੀ ਵਿਲ ਨਾਟ ਫਾਰਮ ਅ ਗਵਰਨਮੈਂਟ ਵਿਦ ਦੈਮ, ਐਂਡ ਤੁਸੀਂ ਫਿਕਰ ਨਾ ਕਰੋ ਜਿਵੇਂ ਦਿੱਲੀ 'ਚ ਹੋਇਆ ਉਸ ਤਰ੍ਹਾਂ ਹੀ ਹੋਊਗਾ। ਬਿਲਕੁਲ ਬਹੁਤ ਵੱਡੀ, 100 ਤੋਂ ਉੱਪਰ ਸੀਟਾਂ ਆਉਣਗੀਆਂ, ਤੁਸੀਂ ਦੇਖੋ, ਦੇਖੀ ਤਾਂ ਜਾਓ। ਮੈਂ ਖੁਦ ਤੁਹਾਨੂੰ ਮੈਂ ਓਨੈਸਟ ਅਸੈਸਮੈਂਟ ਦਿੰਦਾ ਹੈ ਐਵੇਂ, ਕਿਉਂਕਿ ਕੱਲ੍ਹ ਨੂੰ 11 ਮਾਰਚ ਸਭ ਕੁਛ ਸਾਹਮਣੇ ਆਜੂਗਾ, ਮੈਂ ਦਿੱਲੀ ਦੀਆਂ ਇਲੈਕਸ਼ਨਾਂ ਵੇਲੇ ਵੀ ਉੱਥੇ ਕੰਮ ਕੀਤਾ, ਉਸ ਤੋਂ ਜ਼ਿਆਦਾ ਲੋਕਾਂ 'ਚ ਉਤਸ਼ਾਹ ਪੰਜਾਬ 'ਚ। ਦਿੱਲੀ ਦਾ ਮੈਨੂੰ ਹੈਗਾ ਕਿ ਰਿਕਾਰਡ ਟੁੱਟੂਗਾ, ਇਹ ਮੇਰੀ ਪਰਸਨਲ ਜੀ ਰਾਏ ਹੈਗੀ ਆ। ਤੁਸੀਂ ਇਮੈਜਿਨ ਨਹੀਂ ਕਰ ਸਕਦੇ ਕਿ ਲੋਕਾਂ ਨੇ ਝਾੜੂ 'ਤੇ ਕਿਵੇਂ ਵੋਟਾਂ ਪਾਈਆਂ, ਤਾਂ ਹੀ ਹਿੱਲੇ ਹੋਏ ਇਸ ਵੇਲੇ ਸਾਰੇ ਜਾਣੇ। ਲੋਕਾਂ ਨੇ ਸਪੋਰਟ ਹੀ ਝਾੜੂ ਨੂੰ ਪਾਈ, ਉਹ ਕਹਿੰਦੇ ਅਸੀਂ ਤਾਂ ਗੰਦਗੀ ਸਾਫ਼ ਕਰਨੀ ਆ। ਉਹਨਾਂ ਨੂੰ ਸਾਰਾ ਪਤਾ ਕਿ ਇਹ ਪੰਜੇ ਨੂੰ ਕਹਿੰਦੇ ਸੀ ਮੈਨੂੰ ਉੱਥੇ ਮਜੀਠੇ 'ਚ, ਕਹਿੰਦੇ ਜੀ ਪੰਜਾ ਇਹਨਾਂ ਨੇ ਦਰਬਾਰ ਸਾਹਿਬ 'ਤੇ ਅਟੈਕ ਕੀਤਾ ਇਸ ਪਾਰਟੀ ਨੇ। ਉਹ ਕਹਿੰਦੇ ਸੀ ਇਹਨਾਂ ਨੇ ਸਿੱਖਾਂ ਦਾ ਕਤਲੇਆਮ ਕੀਤਾ, ਇਹਨਾਂ ਨੇ ਸਾਰੇ ਰਿਕਾਰਡ ਤੋੜਤੇ ਜਿੰਨੇ ਕਰਪਸ਼ਨ ਦੇ ਸੀ। ਕਾਂਗਰਸ ਪਾਰਟੀ ਦੇ ਲੋਕ ਜਾਣਦੇ ਆ, ਕਾਂਗਰਸ ਪਾਰਟੀ ਨੂੰ ਪਤਾ ਕਿ ਘੋਟ ਘੁਟਾਲਿਆਂ ਦੀ ਸਰਕਾਰ ਆ, ਘਪਲਿਆਂ ਦੀ ਸਰਕਾਰ ਆ। ਉਹਨਾਂ ਨੂੰ ਪਤਾ ਕਿ ਇੱਥੇ ਕਿਵੇਂ ਗਾਂਧੀ ਪਰਿਵਾਰ ਨੇ ਕਿਵੇਂ ਪੰਜਾਬ ਦਾ ਇੱਥੇ ਕਿੰਨਾ ਨੁਕਸਾਨ ਕੀਤਾ ਹੈ। SYL ਦਾ ਸਾਰਿਆਂ ਨੂੰ ਪਤਾ ਕਿ ਟੱਕ ਕਿਵੇਂ ਇੰਦਰਾ ਗਾਂਧੀ ਲਾ ਕੇ ਗਈ ਸੀਗੀ। ਉਹਨਾਂ ਨੂੰ ਪਤਾ ਕਿ ਕਿਵੇਂ ਇਹਨਾਂ ਨੇ ਪੰਜਾਬੀਆਂ ਦੇ ਖਿਲਾਫ ਹਮੇਸ਼ਾ ਸ਼ਡਿਅੰਤਰ ਕੀਤਾ। ਸੋ ਪੀਪਲ ਆਫ ਪੰਜਾਬ ਨੋ ਦੈਟ। ਅਕਾਲੀ ਦਲ ਤਾਂ ਵੈਸੇ ਤੁਸੀਂ ਦੇਖ ਲਓ, ਮਤਲਬ ਅਕਾਲੀ ਦਲ ਵਿਲ ਗੈਟ ਲੈਸ ਦੈਨ 10% ਵੋਟਸ, ਐਂਡ ਕਾਂਗਰਸ ਵਿਲ ਗੈਟ ਲੈਸ ਦੈਨ 25% ਵੋਟਸ, ਔਰ 30% ਤੋਂ ਘੱਟ ਹੀ ਹੋਣਗੀਆਂ। ਬਾਕੀ ਸਾਰੀਆਂ ਲੋਕ ਹਰ ਇੱਕ ਪਿੰਡ ਦੇ ਵਿੱਚ ਜੋ ਮੈਂ ਦੇਖਿਆ ਸੀ 50% ਤੋਂ ਲੈ ਕੇ 80% ਤੱਕ ਵੋਟਾਂ ਆਮ ਆਦਮੀ ਪਾਰਟੀ ਵੱਲ ਜਾ ਰਹੀਆਂ। ਸੋ ਇੰਨੀ ਵੋਟ ਦਾ ਮਤਲਬ ਹੁੰਦਾ ਸਾਰੀਆਂ ਸੀਟਾਂ, ਲੋਕੀ ਤੇ 100% ਕੁਛ ਨਹੀਂ ਹੁੰਦਾ। ਸੋ ਮੈਂ 105-110 ਸੀਟਾਂ ਤੱਕ, ਪਰ ਦਿੱਲੀ ਦਾ ਰਿਕਾਰਡ ਟੁੱਟਣ ਦੀ ਪੂਰੀ ਆਸ ਆ ਮੈਨੂੰ। 105 ਸੀਟਾਂ ਜਾਂ 110 ਸੀਟਾਂ ਤੁਸੀਂ ਆਮ ਆਦਮੀ ਪਾਰਟੀ ਵਾਸਤੇ ਕਹਿ ਰਹੇ ਹੋ। ਫਿਰ ਹਿੰਮਤ ਸਿੰਘ ਸ਼ੇਰਗਿੱਲ ਜੀ, ਤੁਸੀਂ ਗੋਆ ਦੇ ਵਿੱਚ ਆਪਣਾ ਚੀਫ ਮਿਨਿਸਟਰ ਕੈਂਡੀਡੇਟ ਐਲਵਿਸ ਗੋਮਜ਼ ਅਨਾਊਂਸ ਕਰ ਦਿੱਤਾ। ਦਿੱਲੀ ਦੇ ਵਿੱਚ ਪਹਿਲਾਂ ਹੀ ਕੇਜਰੀਵਾਲ ਸਾਹਿਬ ਅਨਾਊਂਸ ਸੀਗੇ, ਜੋ ਤੁਹਾਨੂੰ ਪਤਾ ਹੈ ਕਿ 105 ਤੋਂ 110 ਸੀਟਾਂ ਆਉਣੀਆਂ ਨੇ। ਤੁਸੀਂ 112 ਦੇ ਖੜੇ ਹੋ ਰਹੇ ਹੋ, ਤੁਸੀਂ MLAs ਨੂੰ ਪਹਿਲਾਂ ਹੀ ਸਾਰਿਆਂ ਨੂੰ ਬੁਲਾ ਲਓ, 112 ਨੂੰ, 105 ਤਾਂ ਜਿੱਤੀ ਜਾਣੇ ਉਹਨਾਂ 'ਚੋਂ ਘੱਟੋ ਘੱਟ, ਅਤੇ ਉਹਨਾਂ ਨੂੰ ਪੁੱਛ ਲਓ ਕਿ ਜੀ ਚੀਫ ਮਿਨਿਸਟਰ ਕਿਹੜਾ, ਬਿਕੋਜ਼ ਤੁਸੀਂ ਟਰਾਂਸਪੇਰੈਂਸੀ ਦੀ ਗੱਲ ਕਰਦੇ ਹੋ, ਮੈਨੂੰ ਤੁਹਾਡੇ ਤੋਂ ਇਹ ਉਮੀਦ ਹੈਗੀ ਹੈ। ਸੋ ਵਾਈ ਡੋਂਟ ਯੂ ਅਨਾਊਂਸ ਦੈਟ ਦਿਸ ਇਜ਼ ਗੋਇੰਗ ਟੂ ਬੀ ਯੋਰ ਚੀਫ ਮਿਨਿਸਟਰ? ਸਰ ਪਲੀਜ਼ ਅੰਡਰਸਟੈਂਡ ਦਿਸ, ਇਨ ਪ੍ਰੈਜ਼ੀਡੈਂਸ਼ੀਅਲ ਫਾਰਮ ਆਫ ਗਵਰਨਮੈਂਟ ਯੂ ਹੈਵ ਟੂ ਅਨਾਊਂਸ, ਉੱਥੇ ਇਲੈਕਸ਼ਨ ਹੁੰਦੀ, ਇਹਦੇ ਵਿੱਚ ਨਹੀਂ ਹੁੰਦਾ। ਪਰ ਕਿਤੇ ਕਰ ਵੀ ਸਕਦੇ ਹੋ ਕਿਤੇ ਨਹੀਂ ਵੀ, ਬਟ ਹੇਅਰ ਪੰਜਾਬ ਦੇ ਵਿੱਚ ਵੀ ਵਿਲ ਸੀ ਨਾ ਕਿਹੜੀਆਂ ਕਿਹੜੀਆਂ ਜਿੱਤਦੇ ਆ, ਕਿੰਨੀਆਂ ਜਿੱਤਦੇ ਆ, ਲੈਟ ਦੈਟ ਹੈਪਨ। ਸੋ ਇਹ ਤਾਂ ਲੋਕਾਂ ਨੇ ਦੇਖਣਾ ਨਾ, ਜੇ ਲੋਕਾਂ ਨੂੰ ਲੱਗਿਆ ਕਿ ਬਈ ਨਹੀਂ ਅਸੀਂ ਦਿੱਤਾ, ਇਹ ਠੀਕ ਨਹੀਂ ਕੀਤਾ, ਤੇ ਲੋਕ ਡਿਸਾਈਡ ਕਰਨਗੇ। ਲੋਕਾਂ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ, ਬਿਕੋਜ਼ ਅਸੀਂ ਵੀ ਗੋ ਟੂ ਦਾ ਪੀਪਲ, ਵੀ ਗੋ ਟੂ ਦਾ ਪੀਪਲ, ਉਹਨਾਂ ਨੂੰ ਅਸੀਂ ਵੋਟਸ ਮੰਗਦੇ ਹਾਂ। ਲੋਕ ਡਿਸਾਈਡ ਕਰਨਗੇ ਕਿ ਵਾਜ਼ ਇਟ ਨੈਸੈਸਰੀ ਟੂ ਹੈਵ ਅ ਚੀਫ ਮਿਨਿਸਟਰ ਕੈਂਡੀਡੇਟ ਔਰ ਨਾਟ। ਸੋ ਦੈਨ ਵੰਸ ਦੀ ਰਿਜ਼ਲਟ ਆ ਜੇ, ਫਿਰ ਤੁਹਾਨੂੰ ਉਹ ਵੀ ਸਾਹਮਣੇ ਆਜੂਗਾ ਕਿ ਕੌਣ ਚੀਫ ਮਿਨਿਸਟਰ। ਅੱਛਾ, ਯੂਥ ਅਨਇੰਪਲੋਇਮੈਂਟ ਬਾਰੇ ਸਭ ਤੋਂ ਪਹਿਲਾਂ ਤੁਹਾਡਾ ਮੈਨੀਫੈਸਟੋ ਆਇਆ ਸੀਗਾ। ਮੈਨੀਫੈਸਟੋ ਦੇ ਵਿੱਚ ਮੇਰੀ ਕਵਰ ਸੰਧੂ ਜੀ ਦੇ ਨਾਲ ਵੀ ਗੱਲਬਾਤ ਹੋਈ ਸੀਗੀ ਕਿ ਮੈਨੀਫੈਸਟੋ 'ਚ ਤੁਸੀਂ ਇਹ ਨਹੀਂ ਲਿਖਿਆ ਕਿ ਜੀ ਤੁਸੀਂ ਕਿਸ ਤਰ੍ਹਾਂ, ਜਿਸ ਤਰ੍ਹਾਂ ਤੁਸੀਂ ਤਾਂ ਇੱਥੇ ਕੈਨੇਡਾ ਆਏ ਹੋ, ਉਸ ਵੇਲੇ ਤੁਹਾਡਾ ਨਾਲ ਮੁਲਾਕਾਤ ਵੀ ਹੋਈ ਸੀਗੀ, ਕਿ ਤੁਸੀਂ ਦੇਖਿਆ ਕਿ ਇੱਥੇ ਹਰ ਮਹੀਨੇ ਸਾਨੂੰ ਅਫੀਸ਼ੀਅਲ ਡਾਟਾ ਆ ਜਾਂਦਾ, ਸਾਡੇ ਟਿਪਸ 'ਤੇ ਹੁੰਦਾ ਹੈ ਕਿ ਜੀ ਅਨਇੰਪਲੋਇਮੈਂਟ 6.8% ਹੈ ਹਰ ਪ੍ਰੋਵਿੰਸ ਦੇ ਵਿੱਚ, ਹਰ ਸ਼ਹਿਰ ਦੀ ਇੰਪਲੋਇਮੈਂਟ ਸਾਡੇ ਟਿਪਸ 'ਤੇ ਹਰ ਮਹੀਨੇ ਆਉਂਦੀ ਹੈ। ਸੋ ਤੁਸੀਂ ਉੱਥੇ ਪੰਜਾਬ ਦੇ ਵਿੱਚ ਇਸ ਤੋਂ ਪਹਿਲਾਂ ਕਿ 25 ਲੱਖ ਨੌਕਰੀਆਂ ਮੁਹੱਈਆ ਕਰਾਉਣ ਲਈ, ਯੂ ਸੈਡ ਕਿ ਕੰਡਿਊਸਿਵ ਇਨਵਾਇਰਮੈਂਟ ਬਣਾਉਂਗੇ ਐਸਾ ਕਿ 25 ਲੱਖ ਨੌਕਰੀਆਂ ਹੋਣ, ਵਾਈ ਡਿਡਨਟ ਯੂ ਹੈਵ ਦਿਸ ਇਨ ਯੋਰ ਮੈਨੀਫੈਸਟੋ ਕਿ ਜੀ ਅਸੀਂ ਹਰ ਵਾਰੀ ਐਲਾਨ ਕਰਾਂਗੇ ਹਰ ਮਹੀਨੇ ਕਿ ਕਿੰਨੀ ਅਨਇੰਪਲੋਇਮੈਂਟ ਆ, ਕਿੰਨੇ ਲੋਕਾਂ ਨੂੰ ਰੁਜ਼ਗਾਰ ਦਿੱਤਾ, ਤਾਂ ਕਿ ਘੱਟੋ ਘੱਟ ਮਈਅਰ ਤਾਂ ਕਰ ਸਕੀਏ ਕਿ ਨੌਕਰੀਆਂ ਕ੍ਰੀਏਟ ਹੋ ਰਹੀਆਂ ਕਿ ਨਹੀਂ ਹੋ ਰਹੀਆਂ। ਅਸੀਂ ਇਹ ਤਾਂ ਨਹੀਂ ਕਿਹਾ ਕਿ ਐਲਾਨ ਨਹੀਂ ਕਰਾਂਗੇ। ਸੋ ਗੱਲ ਇਹ ਹੈ ਕਿ ਡੈਫੀਨੇਟਲੀ ਲੋਕਾਂ ਵਿਲ ਬੀ ਵੈਰੀ ਟਰਾਂਸਪੇਰੈਂਟ ਗਵਰਨਮੈਂਟ, ਐਵਰੀ MLA, ਐਵਰੀ ਮਿਨਿਸਟਰ, ਦ ਚੀਫ ਮਿਨਿਸਟਰ ਐਂਡ ਦ ਗਵਰਨਮੈਂਟ, ਵੀ ਵਿਲ ਹੈਵ ਅ ਰਿਪੋਰਟ ਕਾਰਡ। ਇੱਕ ਰਿਪੋਰਟ ਕਾਰਡ ਹੋਊਗਾ ਡਾ ਜਾਊਗਾ, ਅਸੀਂ ਤਾਂ ਰਿਪੋਰਟ ਕਾਰਡ ਦੀ ਗੱਲ ਤਾਂ ਕੀਤੀ ਹੈ। ਰਿਪੋਰਟ ਕਾਰਡ 'ਚ ਹਰ ਚੀਜ਼ ਟਰਾਂਸਪੇਰੈਂਟ ਤਰੀਕੇ ਨਾਲ ਦੱਸੀ ਜਾਊਗੀ। ਅਤੇ ਬਾਕੀ ਤੁਸੀਂ ਦੇਖੋ ਨਾ, ਆਮ ਆਦਮੀ ਪਾਰਟੀ ਦਾ ਇਹ ਵੀ ਵਾਅਦਾ ਲੋਕਾਂ ਦੇ ਨਾਲ ਕਿ ਬਿਲਕੁਲ ਜਦੋਂ ਇੱਥੇ 0% ਟੋਲਰੈਂਸ ਹੋ ਗਈ, ਕਰਪਸ਼ਨ ਖਤਮ ਹੋ ਗਈ, ਅਸੀਂ ਇੱਥੇ ਬਹੁਤ ਸਾਰੀਆਂ ਹੋਰ ਵੀ ਟੈਕਸ ਬੈਨੀਫਿਟ ਦੇਣੇ ਆ, ਆਲ ਓਵਰ ਇੰਡੀਆ ਬੈਸਟ ਪੋਸੀਬਲ ਇਨਵਾਇਰਮੈਂਟ ਪੰਜਾਬ ਦੇ ਵਿੱਚ ਬਣਾਵਾਂਗੇ। ਹਾਂਜੀ ਸਰ, ਮੈਂ ਉਹਦੇ ਤੇ ਵੀ ਆਵਾਂਗਾ। ਮੈਂ ਇੱਕ ਮਿੰਟ ਲਈ ਯੂਥ
ਇੱਥੇ ਇਨਵੈਸਟਮੈਂਟ ਆਊਗੀ, ਜਦੋਂ ਇੱਥੇ NRIs ਇਨਵੈਸਟ ਕਰਨਗੇ ਉਹ ਤਾਂ ਕਰਨਗੇ ਕਿਉਂਕਿ ਉਹਨਾਂ ਨੂੰ ਇੱਥੇ ਚੰਗੀ ਇਨਵਾਇਰਮੈਂਟ ਮਿਲੇਗੀ, ਜਦੋਂ ਇਨਵੈਸਟਮੈਂਟ ਹੋਏਗੀ ਉਦੋਂ ਇੰਪਲਾਇਮੈਂਟ ਵੀ ਆਏਗੀ, ਉਦੋਂ ਇੱਥੇ ਤਰੱਕੀ ਵੀ ਆਏਗੀ, ਉਦੋਂ ਯੂਥ ਦਾ ਵੀ ਬਹੁਤ ਕੁਛ ਬਣੇਗਾ, ਉਦੋਂ ਇੰਪਲਾਇਮੈਂਟ ਦਾ ਵੀ ਬਹੁਤ ਕੁਛ ਬਣੇਗਾ। ਸੋ ਗੱਲ ਇਹ ਹੈ ਕਿ ਪਹਿਲੋਂ ਡੈਫੀਨੇਟਲੀ ਇੱਥੇ ਕਰਪਸ਼ਨ ਫ੍ਰੀ ਕਰਨਾ ਪਏਗਾ, ਡੈਫੀਨੇਟਲੀ ਇੱਥੇ ਹਰ ਕਿਸਮ ਦੀ ਜਿਹੜੀ ਹੈਗੀ ਹੈ ਬੈਨੀਫਿਟ ਦੇਣਾ ਪਏਗਾ। ਇੱਥੇ ਅਸੀਂ ਤੁਸੀਂ ਦੇਖੋ ਦਿੱਲੀ ਦੇ ਵਿੱਚ ਵੀ ਅਸੀਂ ਟੈਕਸ ਵੈਟ ਸੀਗਾ 12.5% ਤੋਂ 5% ਕਰ ਦਿੱਤਾ, ਕੁਲੈਕਸ਼ਨ ਵੀ ਵੱਧ ਗਈ, ਵਿਨ ਵਿਨ ਸਿਚੁਏਸ਼ਨ ਹੈਗੀ, ਲੋਕਾਂ ਦਾ ਵੀ ਫਾਇਦਾ ਸਰਕਾਰ ਦਾ ਵੀ ਫਾਇਦਾ। ਸੋ ਗੱਲ ਇਹ ਹੈ ਕਿ ਹੁਣ ਤਾਂ ਬਿਲਕੁਲ ਇਹਨਾਂ ਦਾ ਕੋਈ ਵਿਜ਼ਨ ਨਹੀਂ ਸੀਗੀ, ਇਹਨਾਂ ਦੀ ਕੋਈ ਇਨਕੰਪੀਟੈਂਟ ਕਰਪਟ ਲੋਕ ਬੈਠੇ ਸੀ, ਸਿਰਫ ਦੇਵਰ ਓਨਲੀ ਸਿਟਿੰਗ ਇਨ ਦਾ ਗਵਰਨਮੈਂਟ ਟੂ ਅਰਨ ਦੇਅਰ ਮਨੀ, ਕਰਪਸ਼ਨ ਕਰਨ ਵਾਸਤੇ ਉੱਥੇ ਬੈਠੇ ਸੀ, ਅਰਨ ਕਰਪਸ਼ਨ ਵਾਲਾ ਪੈਸਾ ਕਿੱਧਰੋਂ। ਹੁਣ ਆਮ ਆਦਮੀ ਪਾਰਟੀ ਹੋਏਗੀ, ਉਹ ਨੇਸ਼ਨ ਬਿਲਡਿੰਗ ਬਾਰੇ, ਪੰਜਾਬ ਬਿਲਡਿੰਗ ਬਾਰੇ, ਲੋਕਾਂ ਦੀ ਬਿਲਡਿੰਗ ਬਾਰੇ, ਸਾਡਾ ਇਹ ਹੋਊਗਾ ਕਿ ਮੈਕਸੀਮਮ ਇੰਪਲੋਇਮੈਂਟ ਹੈ, ਤਾਂ ਅਸੀਂ 25 ਲੱਖ ਲਿਖਿਆ ਮੈਨੀਫੈਸਟੋ 'ਚ, ਸ਼ਾਇਦ ਅਸੀਂ ਇਸ ਤੋਂ ਵੀ ਵੱਧ ਦਈਏ। ਕਿਉਂਕਿ ਗੱਲ ਇਹ ਹੈ ਕਿ ਦਿੱਲੀ ਦੇਖ ਲਓ, 250 ਕਰੋੜ ਦਾ ਪੁੱਲ 150-150 ਕਰੋੜ ਦੇ ਵਿੱਚ ਬਣਿਆ, ਦਿੱਲੀ ਦੇ ਬਹੁਤ ਸਾਰੀਆਂ ਚੀਜ਼ਾਂ ਮੈਨੀਫੈਸਟੋ ਨਹੀਂ ਲਿਖੀਆਂ ਸੀਗੀਆਂ, ਇਹ ਤਾਂ ਮਿਨੀਮਮ ਆ, ਇਹ ਤਾਂ ਮਿਨੀਮਮ ਹੈਗਾ। ਵੀ ਵਿਲ ਟਰਾਈ ਟੂ ਈਵਨ ਗੈਟ ਮੋਰ ਦੈਨ ਦਿਸ ਯੰਗਸਟਰਸ ਦੇ ਵਿੱਚ ਵਾਸਤੇ, ਸਟਾਰਟਅਪਸ ਵਾਸਤੇ, ਉਹਨਾਂ ਨੂੰ ਹਰ ਕਿਸਮ ਦੀ ਫੈਸਿਲਿਟੀ ਮਿਲੇਗੀ। ਗਵਰਨਮੈਂਟ ਵਿਲ ਬਿਕਮ ਅ ਫੈਸਿਲੀਟੇਟਰ, ਨਾਓ ਗਵਰਨਮੈਂਟ ਇਜ਼ ਐਨ ਓਬਸਟੇਕਲ। ਹੁਣ ਤਾਂ ਕੋਈ ਕੰਮ ਉੱਪਰੋਂ ਹੀ ਲੈ ਕੇ ਨਾ, ਥੱਲੇ ਤਾਂ ਕਰਪਸ਼ਨ ਹੀ ਕਰੀ ਜਾਣੀ ਹੈ, ਸਾਰੇ ਭੱਜ ਗਏ ਇੱਥੋਂ, ਸਾਰੀ ਇੰਡਸਟਰੀ ਭੱਜ ਗਈ, ਸਾਰੇ ਪ੍ਰੋਜੈਕਟ ਭੱਜ ਗਏ, ਬਿਲਕੁਲ ਇਹਨਾਂ ਨੇ ਕੀ ਕਹਿੰਦੇ ਇੱਥੇ ਬੈਰਨ ਕਰ ਦਿੱਤਾ, ਸਾਰਾ ਐਟਮੋਸਫੀਅਰ ਹੀ ਇਹਨਾਂ ਨੇ ਬੰਜਰ ਕਰ ਦਿੱਤਾ ਇੱਥੇ। ਸੋ ਵੀ ਵਿਲ ਮੇਕ ਦੈਟ ਐਟਮੋਸਫੀਅਰ, ਵੀ ਵਿਲ ਵਿਨ ਬੈਕ ਦੈਟ ਪਬਲਿਕ ਕੌਨਫੀਡੈਂਸ, ਪੀਪਲ ਵਿਲ, ਵੀ ਵਿਲ ਵਿਨ ਬੈਕ ਦੀ ਇਨਵੈਸਟਰ ਕੌਨਫੀਡੈਂਸ, ਕੌਨਫੀਡੈਂਸ ਇਜ਼ ਮੋਸਟ ਇੰਪੋਰਟੈਂਟ। ਨਾਓ ਵਟ ਇਜ਼ ਹੈਪਨਡ ਆਊਟ ਹੇਅਰ ਇਜ਼, ਲੋਕਾਂ ਦਾ ਕੌਨਫੀਡੈਂਸ ਹੀ ਖਤਮ ਹੋ ਚੁੱਕਾ ਹੈ। ਅਸੀਂ ਟੈਰਰਿਜ਼ਮ ਵੇਲੇ ਬਹੁਤ ਸਫ਼ਰ ਕੀਤਾ, ਉਹ ਵੀ ਟੈਰਰਿਜ਼ਮ ਸਾਰਾ ਆਪਾਂ ਨੂੰ ਪਤਾ ਹੀ ਹੈ ਕੀ ਰੋਲ ਕਾਂਗਰਸ ਪਾਰਟੀ ਨੇ ਪਲੇ ਕੀਤਾ, ਕੀ ਰੋਲ ਅਕਾਲੀ ਦਲ ਨੇ ਪਲੇ ਕੀਤਾ, ਇਹਨਾਂ ਲੋਕਾਂ ਨੇ ਆਪਣੀ ਰਾਜਨੀਤਿਕ ਰੋਟੀਆਂ ਸੇਕੀਆਂ ਬਸ। ਹੁਣ ਅਸੀਂ ਪੰਜਾਬ ਦਾ ਨੰਬਰ 1 ਸੂਬਾ ਸੀ, ਉਹ ਦੁਬਾਰਾ ਨੰਬਰ 1 ਬਣਾਵਾਂਗੇ, ਉਹ ਲੋਕਾਂ ਦੇ ਨਾਲ ਰਲ ਮਿਲ ਕੇ ਕੰਮ ਕਰਾਂਗੇ। ਤੇ ਤੁਸੀਂ ਦੇਖਿਓ ਜਿੱਦਣ ਇੱਥੇ ਕਰਪਸ਼ਨ ਦੂਰ ਹੋ ਗਈ, ਜਿੱਦਣ ਇੱਥੇ ਗਵਰਨਮੈਂਟ ਫੈਸਿਲੀਟੇਟਰ ਬਣ ਗਿਆ ਰਾਦਰ ਦੈਨ ਬੀਇੰਗ ਐਨ ਓਬਸਟੇਕਲ, ਜਿਹੜਾ ਵੀ ਇੰਪਲਾਇਮੈਂਟ ਦੇਗਾ ਉਹਨੂੰ ਉਹਨੂੰ ਬੈਨੀਫਿਟਸ ਮਿਲਣਗੇ, ਉਹਨੂੰ ਬਹੁਤ। ਤੁਸੀਂ ਦੇਖੋ ਇੱਕ ਬਹੁਤ ਓਵਰਹੌਲ ਕਰਨ ਦੀ ਇੱਥੇ ਜ਼ਰੂਰਤ ਹੈਗੀ, ਇਹਨਾਂ ਨੇ ਬਹੁਤ ਮਾੜਾ ਕੰਡੀਸ਼ਨ 'ਚ, ਆਈ ਮੀਨ ਇਹਨਾਂ ਨੇ ਕਰਤਾ ਪੰਜਾਬ ਨੂੰ, ਜੇਲ੍ਹਾਂ ਗਿਰਵੀ ਕਰਤੀਆਂ, ਵਿਧਵਾ ਘਰ ਗਿਰਵੀ ਕਰਤੇ, ਗਵਰਨਮੈਂਟ ਆਫਿਸਰਸ ਗਿਰਵੀ ਕਰ, ਆਪ ਇਹ ਕੀ ਕਹਿੰਦੇ ਆ ਕਰੋੜਾਂ ਦੀਆਂ ਕਰੋੜਸ ਹਵਾਈ ਜਹਾਜ਼ ਤੇ ਇਹ ਸਫ਼ਰ ਕਰਦੇ ਰੋਜ਼ ਦਾ, ਤੁਸੀਂ ਦੇਖੋ ਕਰੋੜਾਂ ਦੀਆਂ ਇਹਨਾਂ ਸਿਕਿਉਰਟੀਆਂ ਦੇ ਪੈਸੇ ਲੱਗ ਗਏ। ਹੁਣ ਮੈਂ ਇਲੈਕਸ਼ਨ ਲੜ ਰਿਹਾ ਸੀਗਾ, ਮੈਨੂੰ 8 ਗਾਰਡ ਦੇ ਰਹੇ, ਸੋ ਮੈਂ ਕਿਹਾ ਜੀ ਮੈਂ ਇੱਕ ਵੀ ਗਾਰਡ ਨਹੀਂ ਲੈਣਾ, ਆਈ ਡੋਂਟ ਨੀਡ ਸਿਕਿਉਰਟੀ। ਵਿਕਰਮ ਮਜੀਠੀਆ 1 ਕਰੋੜਾਂ ਦਾ ਉਹਦਾ ਸਿਕਿਉਰਟੀ ਦਾ ਬਿੱਲ ਹੈਗਾ, ਮੈਂ ਕਿਹਾ ਆਵੇ ਤਾਂ ਸਹੀ, ਸਿਕਿਉਰਟੀ ਤੋਂ ਬਗੈਰ ਘੁੰਮੇ, ਅਸੀਂ ਵੀ ਘੁੰਮਦੇ ਰਹੇ ਸਿਕਿਉਰਟੀ ਤੋਂ ਬਗੈਰ, ਅਸੀਂ ਪਿੰਡਾਂ ਦੀਆਂ ਸੱਥਾਂ ਜਾ ਕੇ ਅਸੀਂ ਦੱਸਦੇ ਰਹੇ ਇਹਨਾਂ ਨੇ ਕੀ ਕੁਛ ਕੀਤਾ। ਸੋ ਗੱਲ ਇਹ ਹੈ ਕਿ ਸਾਰਾ ਓਵਰਹੋਲਿੰਗ ਦੀ ਲੋੜ ਹੈਗੀ ਆ, ਬਹੁਤ ਵੇਸਟੇਜ ਹੋ ਰਿਹਾ ਇੱਥੇ ਸਾਰੇ, ਉਹਦਾ ਉਹਦੇ ਕਰਕੇ ਇੱਕ ਵਿਸ਼ੇਸ ਸਥਲ ਬਣ ਗਿਆ। ਸੋ ਬੇਸਿਕਸ ਤੋਂ ਇਹਨੂੰ ਸਾਰਾ ਕਰਨਾ ਪਊਗਾ, 0% ਜਾਂ ਆਪਾਂ ਕਿੰਨੇ ਟੋਲਰੈਂਸ ਟੁਵਰਡ ਕਰਪਸ਼ਨ ਹੋਊਗੀ। ਜਦੋਂ ਇੱਥੇ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ 12.5% ਵੈਟ ਸੀ, ਉਹ 5% ਵੈਟ ਬਣਾ ਦਿੱਤਾ ਗਿਆ, ਇਸੇ ਤਰੀਕੇ ਨਾਲ ਇਨਸੈਂਟਿਵਸ ਹੋਣਗੇ, ਉੱਥੇ ਬੈਨੀਫਿਟਸ ਹੋਣਗੇ ਜਿਹੜੇ ਪੰਜਾਬ 'ਚ ਇਨਵੈਸਟ ਕਰਨਗੇ, ਜਿਹੜਾ ਬੰਦਾ ਕੰਮ ਕਰੂਗਾ ਉਹਦੇ ਵਾਸਤੇ ਬਹੁਤ ਖੁਸ਼ ਹੋਊਗਾ। ਸੋ ਜਿਵੇਂ ਸਿਸਟਮ ਹੁਣ ਕੀ ਹੈ ਇੱਥੇ ਕੈਨੇਡਾ ਦੇ ਵਿੱਚ, ਇੰਗਲੈਂਡ ਦੇ ਵਿੱਚ, ਅਮੈਰੀਕਾ, ਯੂ ਪੀਪਲ ਹੈਵ ਅ ਗੁੱਡ ਸਿਸਟਮ, ਸਿਸਟਮ ਵਰਕਸ, ਸੋ ਉਹ ਸਾਰਾ ਕੁਝ ਠੀਕ ਚੱਲਦਾ। ਇੱਥੇ ਸਿਸਟਮ ਹੀ ਇਹਨਾਂ ਨੇ ਖਤਮ ਕਰ ਦਿੱਤਾ, ਇਹਨਾਂ ਨੇ ਜੀ ਪ੍ਰਕਾਸ਼ ਸਿੰਘ ਬਾਦਲ ਚੀਫ ਮਿਨਿਸਟਰ ਬਣ ਗਿਆ, ਸੁਖਬੀਰ ਸਿੰਘ ਬਾਦਲ ਡੈਪਟੀ ਚੀਫ ਮਿਨਿਸਟਰ ਬਣ ਗਿਆ, ਵਿਕਰਮ ਸਿੰਘ ਮਜੀਠੀਆ ਬਣ ਗਿਆ ਮਿਨਿਸਟਰ, ਆਦੇਸ਼ ਮਿਨਿਸਟਰ, ਦੂਜਾ ਇਹ ਸਭ ਬਣ ਕੇ ਇਹਨਾਂ ਨੇ ਸਮਗਲਿੰਗ ਸ਼ੁਰੂ ਕਰਤੀ, ਡਰੱਗ ਦੀ ਕਰਪਸ਼ਨ ਸ਼ੁਰੂ ਕਰਤੀ, ਖਾ ਗਏ ਲੋਕਾਂ ਨੂੰ। ਉਧਰੋਂ ਕੈਪਟਨ ਅਮਰਿੰਦਰ ਸਿੰਘ ਬਣ ਗਿਆ, ਉਹਦੀ ਵਾਈਫ ਨੇ ਤੇ ਉਹਦੇ ਬੇਟੇ ਨੇ ਜਾ ਕੇ ਸਵਿਸ ਬੈਂਕ ਦੇ ਵਿੱਚ ਖਾਤੇ ਖੋਲ ਲਏ। ਸੋ ਇਹਨਾਂ ਨੇ ਤਾਂ ਦੇਵਰ ਮਤਲਬ ਇਹ ਸਿਰਫ ਆਪਣੀ ਨਿੱਜੀ ਰਾਜਨੀਤੀ ਕਰ ਰਹੇ ਸੀ, ਹੁਣ ਇੱਥੇ ਨਿੱਜ ਵਾਸਤੇ ਲੜਾਈ ਨਹੀਂ ਹੋਊਗੀ, ਹੁਣ ਇੱਥੇ ਪੰਜਾਬ ਵਾਸਤੇ ਲੜਾਈ ਹੋਊਗੀ। ਠੀਕ ਹੈ ਸਰ, ਮੈਂ ਇੱਕ ਚੀਜ਼ ਅੰਡਰਸਟੈਂਡ ਕਰਨਾ ਚਾਹੁੰਦਾ, ਕਿਉਂਕਿ ਤੁਸੀਂ ਵਿਜ਼ਨ ਦੀ ਗੱਲ ਕੀਤੀ ਹੈਗੀ ਹੈ ਤੇ ਦੈਟ ਇਜ਼ ਅ ਪ੍ਰੀ ਕੰਡੀਸ਼ਨ। ਬਹੁਤ ਸਾਰੀਆਂ ਹੋਰ ਐਸੀਆਂ ਜਗ੍ਹਾਵਾਂ ਹੈਗੀਆਂ ਜਿੱਥੇ ਕਰਪਸ਼ਨ ਨਹੀਂ ਹੁੰਦੀ, ਕਈ ਮੁਲਕਾਂ 'ਚ, ਇੱਥੇ ਕੈਨੇਡਾ 'ਚ ਵੀ ਕਰਪਸ਼ਨ ਬਾਏ ਐਂਡ ਲਾਰਜ ਨਹੀਂ ਹੁੰਦੀ, ਲੇਕਿਨ ਵੀ ਆਰ ਸਟਿਲ ਸਟਰਗਲਿੰਗ ਟੂ ਬ੍ਰਿੰਗ ਇਨਵੈਸਟਮੈਂਟ। ਸੋ ਇਹ ਤਾਂ ਪ੍ਰੀ ਕੰਡੀਸ਼ਨ ਹੋ ਗਈ ਕਿ ਕਰਪਸ਼ਨ ਤੁਸੀਂ ਕਹਿਤਾ ਖਤਮ ਕਰ ਦੋਗੇ, ਲੇਕਿਨ ਮੈਨੂੰ ਉਹ ਪਲਾਨ ਥੋੜ੍ਹਾ ਜਿਹਾ ਸਮਝਾਓ ਕਿ ਕੋਈ ਵੀ ਜਿਹੜਾ ਇੰਡਸਟਰੀਅਲਿਸਟ ਹੈਗਾ ਪੰਜਾਬ ਦੇ ਵਿੱਚ, ਇੱਕ ਵੀ ਆਟੋ ਪਲਾਂਟ ਨਹੀਂ ਲੱਗਾ, ਦੁਨੀਆ ਭਰ ਦੀ ਆਟੋ ਇੰਡਸਟਰੀ ਬਾਕੀ ਸਟੇਟ ਜਾ ਰਹੀ ਹੈ, ਤੁਹਾਡੇ ਕੋਲ ਐਸਾ ਕਿਹੜਾ ਪਲਾਨ ਹੈ ਕਿ ਜੀ ਆਟੋ ਇੰਡਸਟਰੀ ਜਾਂ ਆਈਟੀ ਇੰਡਸਟਰੀ ਆਉਣ ਵਾਲੇ ਸਮੇਂ ਅਦਰ ਦੈਨ ਕਰਪਸ਼ਨ ਉਹ ਬਣ ਗਏ ਤੁਹਾਡੀ ਗੱਲ ਕਿ ਦੈਟਸ ਅ ਪ੍ਰੀ ਰਿਕੰਡੀਸ਼ਨ, ਕਿ ਕੀ ਕਰੋਗੇ ਐਸਾ ਕਿ ਇੰਡਸਟਰੀ ਉੱਥੇ ਲੱਗੇ ਪੰਜਾਬ ਦੇ ਵਿੱਚ, ਕੀ ਪਲਾਨ ਹੈ ਸਰ? ਸਰ ਹੁਣ ਤੁਸੀਂ ਆਪ ਹੀ ਦੇਖ ਲਓ, ਤੁਹਾਡੀਆਂ 2 ਸਟੇਟਾਂ ਹੈ, ਐਲਬਰਟਾ ਸਟੇਟ ਆ ਤੇ ਤੁਹਾਡੀ ਜਿਹੜੀ ਬ੍ਰਿਟਿਸ਼ ਕੋਲੰਬੀਆ ਸਟੇਟ ਆ ਤੇ ਤੁਹਾਡੀ ਓਨਟਾਰੀਓ ਸਟੇਟ ਆ। ਤੁਸੀਂ ਜਿਹੜਾ ਮੈਕਸੀਮਮ ਬੈਨੀਫਿਟ ਦੇਗਾ ਇਨਵੈਸਟਮੈਂਟ ਉੱਥੇ ਆਏਗੀ ਨਾ, ਕੰਟਰੀ ਦੇ ਅੰਦਰ ਵੀ ਤਾਂ ਕੰਪੀਟੀਸ਼ਨ ਹੁੰਦਾ ਨਾ ਕਿ ਪਲਾਂਟ ਕਿੱਥੇ ਲੱਗਣਾ ਜਾ ਕੇ, ਉਹ ਜਿਹੜਾ ਬੈਨੀਫਿਟ ਦੇਗਾ ਉੱਥੇ ਇਨਵੈਸਟਮੈਂਟ ਆਏਗੀ, ਜਿਹੜਾ ਇਨਸੈਂਟਿਵ ਦੇਗਾ ਉੱਥੇ ਇਨਵੈਸਟਮੈਂਟ ਆਏਗੀ। 2 ਲੱਖ ਕਰੋੜ ਦਾ ਤਾਂ ਪਹਿਲੇ ਕਰਜ਼ਾ, ਤੁਸੀਂ ਹੋਰ ਕੀ ਇਨਸੈਂਟਿਵ ਦਓਗੇ ਸਰ? ਸਰਕਾਰ ਕੋਲ ਤਾਂ ਪਹਿਲਾਂ ਹੀ
ਹਰ ਇੰਡਸਟਰੀ ਦਾ ਹਰ ਦਾ ਡਿਫਰੈਂਟ ਡਿਫਰੈਂਟ ਹੋਊਗਾ, ਉਹਦਾ ਬੈਠ ਕੇ ਪ੍ਰੋਪਰ ਪਲਾਨ ਬਣਾ ਕੇ ਸਾਰਾ ਐਗਜੀਕਿਊਟ ਕੀਤਾ ਜਾਊਗਾ। ਬਟ ਮਾਰਕ ਮਾਈ ਵਰਡ, ਇਟ ਵੀ ਦਾ ਮੈਕਸੀਮਮ ਇਨਸੈਂਟਿਵ। ਹੁਣ ਤੁਸੀਂ ਦੇਖ ਲਓ ਦਿੱਲੀ, ਜਿਵੇਂ ਅਸੀਂ ਵੈਟ ਸੀਗਾ 12.5% ਤੋਂ 5% ਕਰ ਦਿੱਤਾ, ਸਾਡੀ ਕੁਲੈਕਸ਼ਨ ਵੱਧ ਗਈ। ਇਨਸੈਂਟਿਵ ਦਓਗੇ ਤਾਂ ਪਹਿਲਾਂ ਹੀ ਖਜ਼ਾਨੇ ਤਾਂ ਪਹਿਲਾਂ ਹੀ ਖਾਲੀ ਹੈਗੇ ਨੇ ਤੁਸੀਂ। ਮੈਂ ਅਗਲਾ ਮੇਰਾ ਆਖਰੀ ਸਵਾਲ ਕਿਸਾਨੀ ਦੇ ਵੀ ਹੋਣਾ ਹੈ, ਉਹਦੇ ਵਿੱਚ ਵੀ ਤੁਸੀਂ ਇਨਸੈਂਟਿਵ ਦਿੱਤੇ ਹੋਏ ਨੇ, ਪਰ ਜੇ ਤੁਸੀਂ ਖਜ਼ਾਨੇ ਭਰੇ ਜਾਣਗੇ, ਜਦੋਂ ਅਸੀਂ ਇਨਸੈਂਟਿਵ ਦੇਵਾਂਗੇ ਉਦੋਂ ਖਜ਼ਾਨੇ ਭਰੇ ਜਾਣਗੇ। ਅਸੀਂ ਵੀ ਵਿਲ ਕ੍ਰੀਏਟ ਵੈਲਥ, ਵੀ ਵਿਲ ਕ੍ਰੀਏਟ ਮਨੀ, ਅਸੀਂ ਸਾਰਾ ਕੁਝ, ਵੀ ਵਿਲ ਕ੍ਰੀਏਟ ਆਲ ਦੈਟ, ਐਂਡ ਦੈਟ ਵਿਲ ਹੈਪਨ ਵੈਨ ਪੰਜਾਬ ਵਿਲ ਗਿਵ ਦ ਮੋਸਟ ਕੰਡਿਊਸਿਵ ਇਨਵਾਇਰਮੈਂਟ। ਸੋ ਇਟ ਇਜ਼ ਆਲ ਅਬਾਊਟ ਗਿਵਿੰਗ ਦ ਬੈਸਟ ਇਨਵਾਇਰਮੈਂਟ, ਦੈਟ ਇਜ਼ ਦ ਵਿਜ਼ਨ। ਐਂਡ ਦੈਨ ਤੁਸੀਂ ਦੇਖੋ ਜਿਵੇਂ ਪ੍ਰੋਪਰ ਪਲੈਨਿੰਗ ਦੇ ਨਾਲ, ਪ੍ਰੋਪਰ ਕੀ ਕਹਿੰਦੇ, ਵੀ ਵਿਲ ਹੈਵ ਬੈਟਰ ਪਲੈਨਿੰਗ ਦੈਨ ਕੈਨੇਡਾ। ਦੇਖੋ ਮੈਂ ਇਹ ਕਹਿੰਦਾ ਸੀ ਜੀ ਪੈਰਿਸ ਬਣਾ ਦਾਂਗੇ ਜੀ, ਕੈਲੀਫੋਰਨੀਆ ਬਣਾ ਦਾਂਗੇ, ਡੈਫੀਨੇਟਲੀ ਓਵਰਨਾਈਟ ਵੀ ਕਾਂਟ ਮੇਕ ਇਟ ਦ ਕੈਲੀਫੋਰਨੀਆ ਔਰ ਪੈਰਿਸ, ਬਟ ਵੀ ਕੈਨ ਹੈਵ ਅ ਬੈਟਰ ਸਿਸਟਮ ਦੈਨ ਕੈਨੇਡਾ। We will have a better system than what you have in Toronto, what you have in Ontario. We can do that. ਮੈਂ ਤੁਹਾਡੇ ਨਾਲ ਐਗਰੀ ਕਰਦਾ, ਅਗਲੇ 30 ਸਾਲਾਂ ਚ ਸਰਕਾਰ ਉਹਦੀ ਰਹੇਗੀ ਪੰਜਾਬ ਦੇ ਵਿੱਚ, 20-30 ਸਾਲਾਂ ਦੇ ਵਿੱਚ ਜਿਹੜਾ ਕਰੇਗਾ। ਇੱਕ ਸਵਾਲ ਹੋਰ ਹੈ ਸਰ ਕਿਸਾਨੀ ਦੇ ਬਾਰੇ, ਪਹਿਲਾਂ ਹੀ ਬੜੀਆਂ ਸਾਰੀਆਂ ਫ੍ਰੀਬੀਜ਼ ਦਿੱਤੀਆਂ ਗਈਆਂ ਜਿਹਦੇ ਨਾਲ ਕਿ ਕਿਸਾਨੀ ਅਸੀਂ ਤਬਾਹ ਕਰ ਦਿੱਤੀ। ਸਰ ਤੁਸੀਂ 54% ਲੋਕਾਂ ਨੂੰ ਉਸ ਕੰਮ 'ਚ ਲਾਇਆ ਜਿਹਦੀ ਜੀ ਡੀ ਪੀ ਕੰਟਰੀਬਿਊਸ਼ਨ ਹਾਰਡਲੀ 14% ਹੈ, ਤੁਸੀਂ ਕਿਸਾਨੀ ਤੋਂ ਬਾਹਰ ਕੱਢਣ ਦੀ ਬਜਾਏ ਕਿ ਅਸੀਂ ਨਾ ਲੋਕਾਂ ਨੂੰ ਅਸੀਂ ਇੰਡਸਟਰੀ 'ਚ ਲੈ ਕੇ ਆਵਾਂਗੇ, ਸਰਵਿਸ ਸੈਕਟਰ 'ਚ ਲਿਆਂਗੇ, ਤੁਸੀਂ ਬਾਰ ਬਾਰ ਕੈਨੇਡਾ ਦੀ ਗੱਲ ਕਰ ਰਹੇ ਹੋ। ਸਰ ਕੈਨੇਡਾ ਦੇ ਵਿੱਚ ਸਾਡੇ ਇੱਥੇ ਸਰਵਿਸ ਸੈਕਟਰ ਦੇ ਵਿੱਚ ਸਾਡੀਆਂ 18 million ਦੇ ਜੋਬਸ ਨੇ ਅਤੇ 16 million ਜੋਬ ਸਰਵਿਸ ਸੈਕਟਰ ਨੇ, 80% ਸਰਵਿਸ ਸੈਕਟਰ 'ਚ ਹੈ। ਤੁਸੀਂ ਕਿਸਾਨਾਂ ਨੂੰ ਬਾਹਰ ਕੱਢਣ ਦਾ ਕੋਈ ਯੋਜਨਾ ਨਜ਼ਰ ਨਹੀਂ ਆਈ, ਤੁਸੀਂ ਵੀ ਫ੍ਰੀ ਬੀਜ਼ ਦੇ ਤੇ ਫਾਰਮਿੰਗ ਵਾਸਤੇ ਕੀ ਕਰੋਗੇ ਸਰ, ਦੱਸੋ। ਨਹੀਂ ਸਰ, ਦੇਖੋ ਕਿਸਾਨੀ ਜਿਹੜੀ ਹੈਗੀ ਉਹ ਸਾਡਾ ਇੱਥੇ ਬੇਸ ਹੈਗਾ, ਰਾਈਟ। ਸੋ ਕਿਸਾਨੇ ਵੀ ਬਹੁਤ ਪ੍ਰੋਫਿਟੇਬਲ ਹੋ ਸਕਦੀ ਹੈ, ਵੀ ਵਿਲ ਡੂ ਦੈਟ। ਉਹ ਤੁਸੀਂ ਦੇਖਿਓ ਹਾਊ ਵੀ ਇੰਪਲੀਮੈਂਟਿਡ ਕਿਵੇਂ, ਕਿਉਂਕਿ ਕਿਸਾਨ ਵਿਲ ਬੀ ਦ ਚੀਫ ਕੰਸਰਨ, ਇਟਸ ਨੋਟ ਦੈਟ ਵੀ ਵਿਲ ਟੇਕ ਹਿਮ ਆਊਟ ਆਫ ਦਿਸ ਥਿੰਗ। ਕਿਸਾਨ ਦੀ ਜ਼ਿੰਦਗੀ ਇੱਥੇ ਬੈਟਰ ਹੋਊਗੀ, ਮਤਲਬ ਦੇਖੋ ਇੰਡੀਆ ਦੇ ਵਿੱਚ ਤੁਸੀਂ ਪਰਸੈਂਟੇਜ ਦੇਖ ਲਓ ਕਿ ਕਿਸਾਨੀ ਦੀ ਮੈਕਸਿਮਮ ਪਰਸੈਂਟੇਜ ਹੈਗੀ ਹੈ। ਸੋ ਵੀ ਆਰ ਬੇਸਿਕਲੀ ਐਨ ਐਗਰੇਰੀਅਨ ਇਕੋਨਮੀ, ਰਾਈਟ, ਐਂਡ ਦੇਅਰ ਕੰਡੀਸ਼ਨਸ ਵਿਲ ਬੀ ਬੈਟਰ, ਐਂਡ ਵੀ ਵਿਲ ਮੇਕ ਇਟ ਅ ਪ੍ਰੋਫਿਟੇਬਲ ਜਿਹੜਾ ਇਹ ਹੈਗਾ ਬਿਜ਼ਨਸ ਜਾਂ ਇਹ ਜਿਹੜਾ ਕੰਮ ਹੈਗਾ ਆਕੂਪੇਸ਼ਨ, ਉਹ ਆਪਾਂ ਇਹਨੂੰ ਇੱਕ ਪ੍ਰੋਫਿਟੇਬਲ ਆਕੂਪੇਸ਼ਨ ਬਣਾਵਾਂਗੇ। ਇਟ ਇਜ਼ ਪੋਸੀਬਲ, ਯੂ ਜਸਟ ਵਾਚ, ਇਟ ਇਜ਼ ਐਨ ਓਵਰਹਾਲ ਥਿੰਗ, ਵੀ ਵਿਲ ਨਾਟ, ਆਈ ਮੀਨ ਹਿਮਤ ਸਿੰਘ ਸ਼ੇਰਗਿੱਲ ਜੀ, ਹਿਮਤ ਸਿੰਘ ਸ਼ੇਰਗਿੱਲ ਜੀ, ਯੂ ਆਰ ਅ ਲਾਅ ਗ੍ਰੈਜੂਏਟ, ਯੂ ਆਰ ਅ ਲਾਅ ਗ੍ਰੈਜੂਏਟ ਸਰ, ਤੁਸੀਂ ਬਹੁਤ ਪੜ੍ਹੇ ਲਿਖੇ ਹੈਗੇ ਹੋ। ਸਰ ਮੈਂ ਤੁਹਾਨੂੰ ਫਿਰ ਪੁੱਛ ਰਿਹਾ, ਇਹ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਖੜੇ ਹੋਵੋਗੇ ਸਰ 50-54% ਲੋਕ, ਤੁਸੀਂ 20% ਵਾਸਤੇ ਪ੍ਰੋਫਿਟੇਬਲ ਬਣਾ ਸਕਦੇ ਹੋ? ਸਾਡੇ ਇੱਥੇ 2% ਲੋਕ ਕਿਸਾਨੀ ਕਰਦੇ ਨੇ, ਤੁਸੀਂ 54% ਵਾਸਤੇ, ਲਿਸਨ ਟੂ ਮੀ please, please. ਨਹੀਂ ਉਹ ਤੁਸੀਂ ਦੇਖੋ, ਪਲੀਜ਼ ਲਿਸਨ ਟੂ ਮੀ ਨਾ, ਇੱਕ ਸੈਕਿੰਡ ਦੇਖੋ, ਹਾਂਜੀ ਗੋ ਅਹੈਡ, ਯੂ ਵਾਚ ਹਾਊ ਵੀ ਡੂ ਇਟ, ਯੂ ਵਾਚ ਹਾਊ ਇਟ ਵਿਲ ਬੀ ਡਨ, ਦੀ ਇੰਟੈਂਸ਼ਨਸ ਆਰ ਵੈਰੀ ਗੁੱਡ, ਐਂਡ ਉਹ ਤੁਸੀਂ ਦੇਖੋ ਨਾ ਤੁਹਾਡੇ ਇੱਥੇ ਕੀ ਹੁੰਦਾ, ਵੀ ਵਿਲ ਮੇਕ ਅ ਬੈਟਰ ਸਿਸਟਮ ਦੈਨ ਯੂ, ਯੂ ਵਿਲ, ਯੂ ਕੈਨੇਡਾ, ਤੁਹਾਨੂੰ ਪਤਾ ਦਿੱਲੀ 'ਚ ਕੀ ਹੋਇਆ, ਮੁਹੱਲਾ ਕਲੀਨਿਕ ਬਣਾਏ, ਅਮਰੀਕਾ ਆ ਕੇ ਸਟੱਡੀ ਕਰ ਰਿਹਾ ਕਿ ਮੁਹੱਲਾ ਕਲੀਨਿਕ ਕਿਵੇਂ ਵਰਕ ਕਰ ਰਿਹਾ। ਸੋ ਯੂ ਵਿਲ ਹੈਵ ਪੀਪਲ ਫਰੋਮ ਟੋਰੋਂਟੋ ਓਨਟੈਰੀਓ ਕਮਿੰਗ ਟੂ ਪੰਜਾਬ ਐਂਡ ਸਟੱਡਿੰਗ ਦ ਸਿਸਟਮ ਐਸ ਟੂ ਹਾਊ we have made farming so profitable, how we have made the service sector so profitable, how we have made the manufacturing sector so profitable, we will do it. Canada thodi thodi bahut corruption hundi hai, Punjab bilkul corruption khatam ho jayegi, eh vaada hai. Punjab de vich tusi dekhiyo kive itthe India is a very big economy, from all other states people will come and invest in Punjab, and itthe ki kehnde aa ek overall development, ਇਹ ਸਭ ਰਿਲੇਟਡ ਹੈਗਾ। ਯੂ ਯੂ ਜਸਟ ਗਿਵ ਅਸ ਟਾਈਮ ਐਂਡ ਦੈਨ ਯੂ ਵਾਚ। ਇਹ ਥੋੜ੍ਹਾ ਨਹੀਂ ਕਿ ਕੈਨੇਡਾ ਤੁਸੀਂ ਕੀ ਕਰਦੇ ਹੋ ਕੀ ਨਹੀਂ ਹੋ ਸਕਦਾ, ਤੁਹਾਡੀਆਂ ਵੀ ਨਾਕਾਮਯਾਬੀਆਂ ਹੈ, ਕੈਨੇਡਾ ਦੇ ਸਿਸਟਮ ਵਿੱਚ ਬਹੁਤ ਨਾਕਾਮਯਾਬੀਆਂ। ਆਮ ਨੋਟ ਸੇਇੰਗ ਕੈਨੇਡਾ ਤੇ ਅਮਰੀਕਾ 'ਚ ਯੂ ਹੈਵ ਦ ਬੈਸਟ ਸਿਸਟਮ, ਆਈ ਮੀਨ ਇੱਥੇ ਇੰਡੀਅਨਸ ਨੇ ਆ ਕੇ, ਇੰਡੀਅਨ ਮਾਈਂਡਸ ਨੇ ਆ ਕੇ ਬਹੁਤ ਕੁਛ ਚੇਂਜ ਕੀਤਾ। ਇੰਡੀਅਨ ਮਾਈਂਡਸ ਆਰ ਦ ਸ਼ਾਰਪੈਸਟ ਮਾਈਂਡਸ, ਤੁਸੀਂ ਇੱਥੇ ਦੇਖੋ। ਸੋ ਦੈਟ ਸਿਰਫ ਇੱਥੇ ਕੀ ਸੀ, ਪਰਿਵਾਰ ਬੈਠੇ ਸੀ, ਵੰਸ ਇਹ ਪਰਿਵਾਰਾਂ ਨੂੰ ਅਸੀਂ ਪੋਲੀਟੀਕਲ ਨਕਸ਼ੇ ਤੋਂ ਬਾਹਰ ਕੱਢਦੇ ਹਾਂ, ਆਮ ਲੋਕਾਂ ਦਾ ਰਾਜ ਆਉਂਦਾ, ਕੰਪੀਟੈਂਟ ਲੋਕਾਂ ਦਾ ਰਾਜ ਆਉਂਦਾ। ਆਲਵੇਸ ਰਿਮੈਂਬਰ, ਅਰਵਿੰਦ ਕੇਜਰੀਵਾਲ ਇਜ਼ ਅ ਜੀਨੀਅਸ ਮਾਈਂਡ, ਅਰਵਿੰਦ ਕੇਜਰੀਵਾਲ ਇਜ਼ ਐਨ IIT ਗ੍ਰੈਜੂਏਟ, ਹੀ ਇਜ਼ ਐਨ IRS ਆਫਿਸਰ। ਸੋ ਜਦੋਂ ਜੀਨੀਅਸ ਟਾਈਪ ਮਾਈਂਡ ਇੱਥੇ ਆ ਕੇ ਬੈਠਣਗੇ, ਆਈ ਮੀਨ ਆਵਰ ਕੁਆਲਿਟੀ ਆਫ ਪੋਲੀਟੀਸ਼ੀਅਨਸ, ਆਵਰ ਕੁਆਲਿਟੀ ਆਫ ਪੀਪਲ ਹੂ ਮੇਕ ਦ ਪੋਲਿਸੀਜ਼ ਵਿਲ ਬੀ ਮੱਚ ਬੈਟਰ ਦੈਨ ਦ ਕੁਆਲਿਟੀ ਯੂ ਹੈਵ ਇਨ ਕੈਨੇਡਾ। ਯੂ 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 ਵੇਟ ਐਂਡ ਵਾਚ, ਐਂਡ ਦੈਨ ਯੂ ਗਿਵ ਅ ਸਮ ਟਾਈਮ ਐਟ ਲੀਸਟ। ਇਹ ਥੋੜ੍ਹਾ ਨਹੀਂ ਕਿ ਯੂ ਡੂ ਇਟ ਦਿਸ ਵੇ ਐਂਡ ਦੈਟ ਇਜ਼ ਦ ਓਨਲੀ ਵੇ ਦਿਸ ਵਿਲ ਹੈਪਨ। No, definitely the farmer sector, the farming sector, ode vaste we have big plans, and the thing is that we will una da tusi dekhoge log ki dekhange, we will make examples out of that, and baki vi har kisam di itthe ki kende ya industry aogi, har kisam di manufacturing aogi, service sector hoga, IT hoga, sara kuch, Punjab will be the hub of everything, tusi mere mark my words.
ठीक है जी, वी आर नॉट डाउटिंग योर इंटेंशंस। आखिरी दो मिनट रह गए ने, मैं एक एक मिनट दो टॉपिक से क्विकली टच कर लां और फिर थोड़ा समय ज्यादा नहीं लवेंगे। सर एक तो हेल्थ केयर तुम इतने देखा है कि जो सरकारी हॉस्पिटल इतने है वो बिल्कुल स्टेट ऑफ द आर्ट फैसिलिटीज है। कोई टाइमलाइन तुम सैट की है कि पंजाब के जोड़े सारे सरकारी हॉस्पिटल हो गए साल दो साल पांच साल दस साल कि देर लगेगी कि पंजाब के जिन्हें भी सरकारी हॉस्पिटल ने, क्योंकि लोगों को सर इन्ने पैसे नहीं है, गरीब बेचारा बाहर बिलखता रहा है, गरीब का हार्ट अटैक हो गया तो मर जाता है, उमर जांदा बेचारा, जे इलाज करा भी लिया तो फिर इलाज करवाने तो बाद च मर जांदा बेचारा। सो तुहाडे सरकारी हॉस्पिटल कितनी देर च इत्थे, तुसी कैनेडा तो बैटर की गल कर रहे हो, कैनेडा वर्गा ही जे बना दो कि सिर्फ सारे सरकारी हॉस्पिटल साल दो साल पांच साल दस साल दे विच इन्ने वधिया कर दोगे कि किसी नूं प्राइवेट हॉस्पिटल जाने की जरूरत नहीं पेगी, ये कदों हो सकता है? देखो इस मैक्सिमम बजट एलोकेशन विल बी टुवर्ड्स हेल्थ एंड एजुकेशन, सो इन द गिवन सर्कमस्टेंसेस व्हाटएवर इज द बेस्ट पॉसिबल। डेफिनेटली टाइमलाइन की होंगी, असं टाइमलाइन बनाई हैं दिल्ली च, उस तो पहले असं जिहड़ियां इंफ्रास्ट्रक्चर खड़ा करता, सो डेफिनेटली दैट वंस द गवर्नमेंट इज फॉर्म विल प्लान ऑल दैट। बट जी साड़ी इंटेंशन होगी, जी साड़ी हार्डवर्क असं करा, जो हम अभी सोलह सोलह घंटे काम कर रहे हैं, अठारह अठारह भी घंटे काम करा, लोगों के नाल रल के मैक्सिमम पॉसिबल अपना सारा देख के, आई मीन वे वी आर एंड हाउ फार वी कैन लीव वी विल डू इट, बट द इंटेंशन एंड द हार्डवर्क एंड द इनपुट विल बी मैक्सिमम ऑफ आर ह्यूमन कैपेसिटीज। लास्ट क्वेश्चन ऑन एजुकेशन सर, यू स्पीक सो फ्लुएंटली, तुसी जीनियस माइंड की गल की है, थोड़ी बड़ी रिस्पैक्ट है बिकॉज ऑफ योर क्वालिफिकेशन, थोड़ी नॉलेज, अरविंद केजरीवाल साहब की दुनिया भर के बड़ी रिस्पैक्ट है बिकॉज ऑफ हिज इंटेंशन से तो डाउट ही नहीं ना कोई करता, बिकॉज ऑफ हिज क्वालिफिकेशन हिज जीनियस माइंड, असी मन गए थोड़ी गल, इतने कोई दो राय नहीं, जीनियस माइंड, लेकिन ਇਹ ਸਾਰੇ ਪੰਜਾਬ ਨੂੰ ਇੱਕ ਜੀਨੀਅਸ ਮਾਇੰਡ ਸਾਨੂੰ ਦਿੱਲੀ ਤੋਂ ਲਿਆਉਣਾ ਪਿਆ, ਮੈਨੂੰ ਤਾਂ ਕੋਈ ਇਤਰਾਜ਼ ਨਹੀਂ ਹੈ ਕਿਉਂਕਿ ਮੈਂ ਤਾਂ ਸਾਰੇ ਇੰਡੀਅਨਸ ਨੂੰ ਇੱਕ ਹੀ ਮੰਨਦਾ, ਮੈਨੂੰ ਕੋਈ ਇਤਰਾਜ਼ ਨਹੀਂ ਹੈ। ਪੰਜਾਬ ਦੇ ਵਿੱਚ ਹੋਰ ਜੀਨੀਅਸ ਮਾਇੰਡ ਪ੍ਰੋਡਿਊਸ ਕਰਨ ਦਾ ਜਿਹੜਾ ਬੇਸ ਹੈ ਸਰ, ਪੰਜਾਬ ਦੇ ਵਿੱਚ ਸਰਕਾਰੀ ਸਕੂਲਾਂ ਦੇ ਵਿੱਚ, ਕਿਉਂਕਿ ਅੱਜ ਅਸੀਂ ਮੰਨੀਏ ਨਾ ਮੰਨੀਏ ਇੰਗਲਿਸ਼ ਇਜ਼ ਐਨ ਇੰਟਰਨੈਸ਼ਨਲ ਲੈਂਗੁਏਜ, ਤੁਸੀਂ ਜਦੋਂ ਵੱਡੀਆਂ ਕੰਪਨੀਜ਼ ਇੱਥੋਂ ਇਨਵੈਸਟ ਕਰਨਗੀਆਂ ਜੋ ਤੁਸੀਂ ਕਹਿ ਰਹੇ ਹੋ, ਤੇ ਉਹਨਾਂ ਨੂੰ ਵੀ ਯੂ ਨੀਡ ਟੂ ਸੈਟਅਪ ਕਿ ਬੱਚੇ ਜਿਹੜੇ ਹੈ ਜੀ ਉਹ ਛੋਟੀ ਕਲਾਸ ਦੇ ਵਿੱਚੋਂ, ਪਹਿਲੀ ਕਲਾਸ ਜਾਂ ਸੈਕਿੰਡ ਕਲਾਸ ਦੇ ਵਿੱਚੋਂ ਵਧੀਆ ਇੰਗਲਿਸ਼ ਦਾ ਸਿਲੇਬਸ ਉਹਨਾਂ ਨੂੰ ਲਗਾਇਆ ਜਾਵੇ, ਤਾਂ ਕਿ ਤੀਜੀ ਚੌਥੀ ਦੇ ਵਿੱਚ ਪ੍ਰਾਈਵੇਟ ਸਕੂਲ ਦਾ ਬੱਚਾ ਤੇ ਇੱਕ ਨੋਵਲ ਪੜ੍ਹ ਰਿਹਾ ਦ ਕਾਊਂਟ ਆਫ ਮੋਂਟੀ ਕ੍ਰਿਸਟੋ ਥਰੀ ਮਸਕੀਟੀਅਰਸ, ਤੇ ਉਹ ਨੋਵਲ ਪੜ੍ਹ ਕੇ ਉਹਦੀ ਸਮਰੀ ਬਣਾ ਰਿਹਾ, ਉਹਦੀ ਤਾਂ ਤੀਸਰੀ ਕਲਾਸ ਦੇ ਵਿੱਚ ਅੰਗਰੇਜ਼ੀ ਤੁਸੀਂ ਇੰਨੀ ਸੁਧਾਰ ਦਿੱਤੀ ਪ੍ਰਾਈਵੇਟ ਸਕੂਲ 'ਚ, ਤੇ ਜਿਹੜਾ ਸਰਕਾਰੀ ਸਕੂਲ ਹੈਗਾ ਉਹ ਕਿਤੇ ਨਾ ਕਿਤੇ ਟੂ ਟੀਅਰ ਸਿਸਟਮ ਆ, ਉਹ ਵਿਚਾਰੇ ਕਿਤੇ ਪਿੱਛੇ ਰਹਿ ਰਹੇ ਨੇ, ਇਹ ਤੁਸੀਂ ਕਦੋਂ ਕੁ ਲਾਗੂ ਕਰੋਗੇ ਪੰਜਾਬ ਦੀ ਐਜੂਕੇਸ਼ਨ ਦੇ ਵਿੱਚ? ਇੱਥੇ ਨਾ ਵੀ ਇੱਕ ਸਾਜਿਸ਼ ਚੱਲ ਰਹੀ ਸੀਗੀ ਕਿ ਲੋਕਾਂ ਨੂੰ ਬੈਕਵਰਡ ਰੱਖਣ ਦੀ, ਪਿੱਛੇ ਰੱਖਣ ਦੀ, ਕਿਉਂਕਿ ਪਰਿਵਾਰਾਂ ਨੇ ਤਾਂ ਹੀ ਰਾਜ ਕਰਨਾ ਸੀ। ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਇਲੈਕਸ਼ਨਾਂ ਹਾਰਨੀਆਂ, ਦੇਖਿਓ ਵਿਕਰਮ ਮਜੀਠੀਆ ਨੇ, ਸੁਖਬੀਰ ਬਾਦਲ, ਕੈਪਟਨ ਅਮਰਿੰਦਰ ਸਿੰਘ, ਇਹਨਾਂ ਲੋਕਾਂ ਨੇ ਸਾਜ਼ਿਸ਼ਾਂ ਕੀਤੀਆਂ ਸੀ ਲੋਕਾਂ ਦੇ ਖਿਲਾਫ, ਉਹਨੂੰ ਪਿੱਛੇ ਰੱਖੋ। ਹੁਣ ਅਸੀਂ ਆਮ ਆਦਮੀ ਪਾਰਟੀ ਜੋ ਸਾਡੀ ਇੰਟੈਂਸ਼ਨ ਆ, ਵੀ ਵਿਲ ਗਿਵ ਬੈਸਟ ਪੋਸੀਬਲ ਐਜੂਕੇਸ਼ਨ, ਮੈਂ ਤੁਹਾਨੂੰ ਕਿਹਾ ਨਾ ਦੋ ਹੀ, ਹੈਲਥ ਤੇ ਐਜੂਕੇਸ਼ਨ ਦਾ ਮੈਕਸੀਮਮ ਸਾਡੀ ਬਜਟ ਐਲੋਕੇਸ਼ਨ ਹੋ ਗਈ। ਤੁਸੀਂ ਦਿੱਲੀ 'ਚ ਦੇਖੋ, ਦਿੱਲੀ 'ਚ ਜਿਹੜੇ ਸਰਕਾਰੀ ਸਕੂਲ ਨੇ, ਦੇ ਆਰ ਪਰਫੋਰਮਿੰਗ ਬੈਟਰ ਦੈਨ ਦ ਪ੍ਰਾਈਵੇਟ ਸਕੂਲਸ। ਹਰ ਕਿਸਮ ਦਾ ਇਨਫਰਾਸਟਰਕਚਰ, ਹਰ ਕਿਸਮ ਦੀ ਲੈਂਗੁਏਜ ਸਿਖਾਈ ਜਾ ਰਹੀ ਹੈ ਉੱਥੇ, ਉੱਥੇ ਇੰਗਲਿਸ਼ ਵੀ ਸਿਖਾਈ ਜਾ ਰਹੀ ਹੈ, ਉੱਥੇ ਹਿੰਦੀ ਵੀ ਸਿਖਾਈ ਜਾ ਰਹੀ ਹੈ, ਉੱਥੇ ਪੰਜਾਬੀ ਵੀ ਸਿਖਾਈ ਜਾ ਰਹੀ ਹੈ। ਸੋ ਗੱਲ ਇਹ ਹੈ ਕਿ ਬੈਸਟ ਪੋਸੀਬਲ ਸਾਰਾ ਕੁਛ ਹੋਊਗਾ। ਦਿੱਲੀ ਦੇ ਸਰਕਾਰੀ ਸਕੂਲਾਂ 'ਚ ਸਵਿਮਿੰਗ ਪੂਲ ਬਣਾਏ ਗਏ ਆ, ਤੇ ਤੁਸੀਂ ਦੇਖੋ ਬਿਲਕੁਲ, ਕਿਉਂਕਿ ਉੱਥੇ ਕਰਪਸ਼ਨ ਖਤਮ ਆ। ਹੁਣ ਤਾਂ ਇੱਥੇ ਜੇ 100 ਰੁਪਈਏ ਆਉਂਦੇ ਆ ਵਿੱਚੋਂ, 70-80 ਦੇ ਆਪ ਹੀ ਖਾ ਵੀ ਜਾਂਦੇ ਆ, ਆਪ ਇਹਨਾਂ ਦੇ 5-star ਹੋਟਲ ਤਾਂ ਨਹੀਂ, ਸੁਖਬੀਰ ਬਾਦਲ ਦੇ ਐਵੇਂ ਖੜੇ ਹੋਏ, ਹੀ ਇਜ਼ ਹੈਵਿੰਗ 3 5-star ਹੋਟਲ ਔਨ ਇਜ਼ ਨੇਮ। ਇਹ ਕਿੱਥੋਂ ਖੜੇ ਹੁੰਦੇ? ਲੋਕਾਂ ਦਾ ਇਹਨਾਂ ਨੇ, ਲੋਕਾਂ ਦੀ ਜਿਹੜੀ ਪੜ੍ਹਾਈ ਲਿਖਾਈ ਦਾ ਪੈਸਾ ਸੀਗਾ, ਲੋਕਾਂ ਦੇ ਜਿਹੜੀਆਂ ਹੈਲਥ ਦਾ ਪੈਸਾ ਸੀਗਾ, ਜੇ ਤੁਸੀਂ ਮੌਤਾਂ ਦੀ ਗੱਲ ਕਰਦੇ ਹੋ, ਉਹ ਮੌਤਾਂ ਇਸ ਕਰਕੇ ਹੋ ਰਹੀਆਂ ਸੀ ਕਿਉਂਕਿ ਸੁਖਬੀਰ ਬਾਦਲ ਹੋਣੀ ਇੱਥੇ 5-star ਹੋਟਲ ਖੜੇ ਕਰ ਰਹੇ ਸੀਗੇ, ਤੇ ਉੱਥੇ ਕੈਪਟਨ ਅਮਰਿੰਦਰ ਹੋਣੀ ਸਵਿਸ ਬੈਂਕਾਂ ਦੇ ਵਿੱਚ ਪੈਸੇ ਇਕੱਠੇ ਕਰ ਰਹੇ ਸੀ, ਤਾਂ ਕਰਕੇ ਹੋ ਰਿਹਾ ਸੀਗਾ। ਸੋ ਵੈਨ ਯੂ ਵਿਲ ਹੈਵ ਐਨ ਓਨੈਸਟ ਗਵਰਨਮੈਂਟ, ਯੂ ਵਿਲ ਸੀ ਵੇਅਰ ਥਿੰਗਸ ਆਰ ਟੇਕਨ ਟੂ, ਐਂਡ ਡੈਫੀਨੇਟਲੀ ਐਜੂਕੇਸ਼ਨ ਐਂਡ ਟੂ ਗਿਵ ਦੈਮ ਵਰਲਡ ਲੈਵਲ ਐਜੂਕੇਸ਼ਨ, ਵਰਲਡ ਕਲਾਸ ਸਾਰਾ ਕੁਝ ਹੋਣਾ ਚਾਹੀਦਾ, ਤਾਂ ਕਿ ਉਹਨਾਂ ਨੂੰ ਕੀ ਕਹਿੰਦੇ ਆ, ਦੇ ਕੈਨ ਕੰਪੀਟ ਇਨ ਦ ਵਰਲਡ ਮਾਰਕੀਟ, ਬਿਕੋਜ਼ ਡੈਫੀਨੇਟਲੀ ਵੀ ਆਰ ਲਿਵਿੰਗ ਇਨ ਅ ਗਲੋਬਲ ਵਿਲੇਜ ਟੂਡੇ, ਐਂਡ ਦੈਟ ਵਿਲ ਬੀ ਦ ਟੌਪ ਕੰਸਰਨ, ਟੌਪ ਪ੍ਰਾਇਰਟੀ। ਯੂ ਲੈਟ ਦ ਗਵਰਨਮੈਂਟ ਬੀ ਫਾਰਮਡ ਵੰਸ, ਐਂਡ ਦੈਨ ਵੀ ਵਿਲ ਟਾਕ ਆਫਟਰ 6 months, ਐਂਡ ਦੈਨ ਵੀ ਵਿਲ ਅਗੇਨ ਡਿਸਕਸ ਵਟ ਦ ਰਿਪੋਰਟ ਕਾਰਡ ਇਜ਼ ਐਂਡ ਹਾਓ ਇਟ ਗੋਜ਼ ਔਨ। ਬਿਲਕੁਲ ਜੀ, ਮੈਂ ਤੁਹਾਡੇ ਨਾਲ, ਅਸੀਂ ਬਿਲਕੁਲ ਇਹੀ ਐਕਸਪੈਕਟ ਕਰਦੇ ਹਾਂ ਕਿ ਤੁਹਾਡੀ ਸਰਕਾਰ ਬਣਨ ਤੋਂ ਬਾਅਦ ਵੀ ਵਿਲ ਟਰਾਈ ਟੂ ਹੋਲਡ ਯੂ ਅਕਾਊਂਟੇਬਲ, ਜੇ ਤੁਸੀਂ ਸਮੇਂ ਲਗਾਤਾਰ ਦਿੰਦੇ ਰਹੋਗੇ ਤੇ ਅਸੀਂ ਲਗਾਤਾਰ ਤੁਹਾਨੂੰ ਪੁੱਛਦੇ ਰਵਾਂਗੇ, ਔਰ ਉਮੀਦ ਕਰਦੇ ਹਾਂ ਕਿ ਤੁਸੀਂ ਵਧੀਆ ਕੰਮ ਕਰੋਗੇ। ਆਖਰੀ ਸਵਾਲ ਬਸ ਮੇਰਾ ਇਹੀ ਹੈ ਕਿ 3 ਸੀਟਾਂ ਦੇ ਤੁਹਾਡੇ ਕਮੈਂਟ ਚਾਹਾਂਗਾ, ਜੋ ਇੱਥੇ ਨਹੀਂ ਦੁਨੀਆਂ ਭਰ ਦੇ NRIs ਕੰਸਰਨ ਨੇ, ਜਲਾਲਾਬਾਦ, ਲੰਬੀ, ਔਰ ਤੁਹਾਡੀ ਆਪਣੀ ਕੰਸਟੀਟੂਐਂਸੀ, ਇਹਨਾਂ 3 ਸੀਟਾਂ ਦੇ ਬਾਰੇ ਕੀ ਕਮੈਂਟ ਹੈ ਤੁਹਾਡਾ? ਆਮ ਆਦਮੀ ਪਾਰਟੀ ਇਜ਼ ਵਿਨਿੰਗ ਆਲ 3 ਸੀਟਸ।
ਠੀਕ ਹੈ ਜੀ, ਠੀਕ ਹੈ, ਬਹੁਤ ਸ਼ੁਕਰੀਆ ਜੀ, ਔਰ ਤੁਸੀਂ ਸਮੇਂ ਦਿੱਤਾ, ਔਰ ਆਉਣ ਵਾਲੇ ਟਾਈਮ ਦੇ ਵਿੱਚ ਜਦੋਂ ਤੁਹਾਡੀ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਤੁਹਾਡੇ ਬਿਆਨ ਮੁਤਾਬਿਕ ਜੇ ਤੁਹਾਡੀ ਸਰਕਾਰ ਬਣਦੀ ਹੈ ਤੇ ਲਗਾਤਾਰ ਅਸੀਂ ਤੁਹਾਡੇ ਨਾਲ ਗੱਲਬਾਤ ਕਰਦੇ ਰਵਾਂਗੇ। ਇੰਟੈਂਸ਼ਨ ਦੇ ਬਾਰੇ ਸਰ ਕੋਈ ਤੁਹਾਡਾ ਡਾਊਟ ਨਹੀਂ ਹੈਗਾ, ਤੁਹਾਡੇ ਸੋਚ ਬਾਰੇ ਕੋਈ ਡਾਊਟ ਨਹੀਂ ਹੈ ਕਿਸੇ ਨੂੰ, ਬਟ ਕਿਆ ਤੁਸੀਂ ਇੰਪਲੀਮੈਂਟ ਕਰ ਸਕੋਗੇ ਨਹੀਂ ਕਰ ਸਕੋਗੇ ਉਹਦੇ ਬਾਰੇ ਸਾਡੇ ਸਵਾਲ ਬਰਕਰਾਰ ਰਹਿਣਗੇ। ਔਰ ਜੇ ਤੁਸੀਂ ਕਰ ਗਏ ਤੇ ਤੁਸੀਂ ਕਿਹਾ ਨਾ ਕਿ ਜੀ ਪੰਜਾਬ ਵਿਲ ਬਿਕਮ ਅ ਮਾਡਲ ਸਟੇਟ ਫਾਰ ਇੰਡੀਆ, ਸਰ ਨੋਟ ਓਨਲੀ ਅ ਮਾਡਲ ਸਟੇਟ ਫਾਰ ਇੰਡੀਆ, ਵੀ ਕੰਸਿਡਰ ਦਿਸ ਇਜ਼ ਗੋਇੰਗ ਟੂ ਬੀ ਅ ਵਾਟਰਸ਼ੈਡ ਮੂਮੈਂਟ ਫਾਰ ਇੰਡੀਆ ਐਂਡ NRIs ਰਾਈਟ ਅਕ੍ਰੋਸ ਦਾ ਗਲੋਬ। ਜੇ ਇੰਡੀਆ ਲਈ ਤਾਂ ਹੋਣਾ ਹੀ ਹੋਣਾ ਹੈ, ਇਟਸ ਗੋਇੰਗ ਟੂ ਬੀ ਵਾਟਰਸ਼ੈਡ ਮੂਮੈਂਟ, ਬਟ NRIs ਅਕ੍ਰੋਸ ਦਾ ਗਲੋਬ, ਸਾਰੀ ਦੁਨੀਆ ਦੀਆਂ ਨਿਗਾਹਾਂ ਤੁਹਾਡੇ ਤੇ ਲੱਗੀਆਂ ਹੋਈਆਂ ਇਸ ਵੇਲੇ। ਸੋ ਵੀ ਵਿਸ਼ ਯੂ ਆਲ ਦਾ ਬੈਸਟ। ਜਾਣ ਤੋਂ ਪਹਿਲਾਂ ਤੁਸੀਂ ਕੁਝ ਕਹਿਣਾ ਚਾਹੋਗੇ ਇੱਥੇ ਸਾਡੇ ਕੈਨੇਡਾ ਦੇ ਸਾਡੇ ਦਰਸ਼ਕਾਂ ਨੂੰ ਔਰ ਲਿਸਨਰ ਨੂੰ? ਪਲੀਜ਼, ਮੈਂ ਤਾਂ ਕਹਿਣਾ ਚਾਹੂੰਗਾ ਜੀ ਕਿ ਇੱਕ ਇਨਕਲਾਬ ਆ ਰਿਹਾ ਤੇ 11 ਮਾਰਚ ਨੂੰ ਪਤਾ ਲੱਗੂਗਾ, ਪਰ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦੀ ਹਾਂ NRIs ਦਾ, ਕਿਉਂਕਿ ਮੈਂ ਖੁਦ ਇਲੈਕਸ਼ਨ ਲੜੀ ਆ ਤੇ ਮੈਂ ਦੇਖਿਆ 4 ਮਹੀਨੇ ਤੋਂ ਮੋਹਾਲੀ ਤੋਂ ਇਲੈਕਸ਼ਨ ਲੜ ਰਿਹਾ ਸੀਗਾ, ਫਿਰ ਮੈਂ ਮਜੀਠੇ ਤੋਂ 2 ਮਹੀਨੇ ਇਲੈਕਸ਼ਨ ਲੜੀ ਜਾ ਕੇ, ਤੇ ਜਿਸ ਤਰ੍ਹਾਂ NRIs ਨੇ ਮਦਦ ਕੀਤੀ ਹੈ, ਫਾਈਨੈਂਸ਼ੀਅਲ ਹੈਲਪ ਕੀਤੀ ਹੈ, ਉਹਨਾਂ ਨੇ ਜਿਹੜਾ ਗਰਾਊਂਡ ਤੇ ਕੰਮ ਕੀਤਾ ਹੈ, ਜਿਹੜੀਆਂ ਉਹਨਾਂ ਨੇ ਕੋਲਾਂ ਕੀਤੀਆਂ, ਬਹੁਤ ਬਹੁਤ ਮੈਂ ਧੰਨਵਾਦੀ ਹਾਂ ਇੱਥੋਂ ਸੁਰਿੰਦਰ ਮਾਵੀ ਜੀ, ਤੁਹਾਡੇ ਸੁਦੀਪ ਸਿੰਗਲਾ ਜੀ, ਗੁਰਪ੍ਰਤਾਪ ਜੀ, ਮਤਲਬ ਮੈਂ ਨਾ ਲਵਾਂ ਨਵੀਂ ਢਿੱਲੋਂ ਜੀ, ਮੈਂ ਨਾ ਲਵਾਂ ਮੇਰੇ ਕੈਂਪੇਨ ਮੈਨੇਜਰ ਵੀ ਵਰੁਣ ਗੁਪਤਾ ਜੀ ਆਏ ਸੀਗੇ ਸੈਟਲ ਤੋਂ ਸਪੈਸ਼ਲੀ ਇੱਥੇ ਮਾਈਕਰੋਸੋਫਟ 'ਚ ਕੰਮ ਕਰਦੇ, ਅੰਮ੍ਰਿਤਪਾਲ ਢਿੱਲੋਂ ਜੀ, ਮਨਜਿੰਦਰ ਉੱਥੋਂ ਆਪਣੇ ਕੈਲੀਫੋਰਨੀਆ ਤੋਂ ਮਨਜਿੰਦਰ ਜੀ, ਮਤਲਬ ਜਿਸ ਤਰ੍ਹਾਂ ਤੁਸੀਂ ਹੈਲਪ ਕੀਤੀ ਆ, ਜੋਬਨ ਜੀ, ਜੋਬਨ ਅੰਦਾਵਾ ਜੀ, ਹਾਂਜੀ, ਤੇ ਆਈ ਮੀਨ ਦ ਲਿਸਟ ਇਜ਼ ਵੈਰੀ ਲੌਂਗ, ਤੇ ਵੀ ਡੋਂਟ ਹੈਵ ਵਰਡਸ ਟੂ ਐਕਸਪ੍ਰੈਸ, ਮਤਲਬ ਮੇਰਾ ਕਈ ਵਾਰੀ ਜਦੋਂ ਮੈਂ ਸੋਚਦਾ ਕਿ ਕਿਸ ਤਰ੍ਹਾਂ, ਕਿਉਂਕਿ ਅਸੀਂ ਇੱਥੇ ਕਿਸੇ ਅੰਬਾਨੀ ਅਡਾਨੀ ਤੋਂ ਤਾਂ ਪੈਸੇ ਲੈਣੇ ਨਹੀਂ ਸੀਗੇ, NRIs ਨੇ ਆਪਣੀ ਮਿਹਨਤ ਦੀ ਕਮਾਈ ਚੋਂ ਪੈਸੇ ਦਿੱਤੇ, ਕਿਵੇਂ ਮਜੀਠੇ ਵਿੱਚ ਜਦੋਂ ਪਲੇਨ ਲੈਂਡ ਕੀਤਾ ਅੰਮ੍ਰਿਤਸਰ, ਮਜੀਠੇ ਜਾ ਕੇ ਮੇਰੀ ਕੈਂਪੇਨ ਨੂੰ ਇਹਨਾਂ ਬੂਸਟ ਦਿੱਤਾ, ਇਹ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਜਰਿਆ ਨਹੀਂ ਗਿਆ, ਇਹਨਾਂ ਨੇ ਜਿਹੜੀਆਂ ਗੱਲਾਂ NRIs ਦੇ ਖਿਲਾਫ ਕੀਤੀਆਂ ਉਹ ਵੀ ਇਹਨਾਂ ਨੂੰ 11 ਮਾਰਚ ਨੂੰ ਪਤਾ ਲੱਗੂਗਾ, ਬਟ ਨੈਵਰ ਐਵਰ ਬਿਫੋਰ NRIs ਹੈਡ ਕਮ ਇਨ ਸੱਚ ਅ ਬਿਗ ਵੇ, ਕਿਉਂਕਿ ਉਹਨਾਂ ਨੂੰ ਹੁਣ ਪਤਾ ਸੀਗਾ ਕਿ ਸਿਸਟਮ ਸੁਧਰਨਾ ਬਹੁਤ ਜ਼ਰੂਰੀ ਹੈਗਾ, ਸੋ NRIs ਦੇ ਸਿਸਟਮ ਤੇ ਵਰਕ ਉਹਨਾਂ ਨੂੰ ਹੈਗਾ ਕਿ ਹੋਣਾ ਚਾਹੀਦਾ, ਤੇ ਉਹ ਆਮ ਆਦਮੀ ਪਾਰਟੀ ਹੀ ਕਰ ਸਕਦੀ। ਮੈਂ ਵੀ ਖੁਦ 5 ਸਾਲ ਇੰਗਲੈਂਡ ਰਿਹਾ, ਉੱਥੋਂ ਮੈਂ 3 ਕੁਆਲੀਫਿਕੇਸ਼ਨ ਲਾਅ ਦੀਆਂ ਕੀਤੀਆਂ, ਤੇ ਆਈ ਆਲਸੋ ਅੰਡਰਸਟੂਡ ਕਿ ਸਿਰਫ ਸਿਸਟਮ ਦੀ ਘਾਟ ਹੈਗੀ ਹੈ, ਬੰਦੇ ਪੰਜਾਬੀ ਨੰਬਰ 1 ਨੇ ਜੋ ਆਪਾਂ ਇੰਡੀਅਨਸ ਕਰ ਸਕਦੇ ਹਾਂ, ਪੰਜਾਬੀ ਕਰ ਸਕਦੇ, ਕੋਈ ਨਹੀਂ ਕਰ ਸਕਦਾ, ਵੀ ਆਰ ਦਾ ਸ਼ਾਰਪੈਸਟ ਮਾਈਂਡਸ, ਬੈਸਟ ਮਾਈਂਡਸ, ਮੋਸਟ ਹਾਰਡ ਵਰਕਿੰਗ, ਕੋਈ ਵੀ ਸਾਨੂੰ ਮਤਲਬ ਜਿਵੇਂ ਇਹਨਾਂ ਲੋਕਾਂ ਨੂੰ ਹੋਰ ਇੱਦਾਂ ਟਾਈਮ ਆਪਣਾ ਸਪੈਂਡ ਕਰਦੇ, ਰਿਸੋਰਸਿਸ ਸਪੈਂਡ ਕਰਦੇ ਆ, ਅਸੀਂ ਬਹੁਤ ਪ੍ਰੋਗਰੈਸਿਵ ਲੋਕ ਹਾਂ, ਬਟ ਸਿਰਫ ਸਿਸਟਮ ਮਾੜਾ ਮਿਲਿਆ। ਸੋ ਵੰਸ ਅਗੇਨ ਫਰੋਮ ਦਾ ਕੋਰ ਆਫ ਮਾਈ ਹਾਰਟ, ਮੈਂ ਦਿਲ ਦੀਆਂ ਗਹਿਰਾਈਆਂ ਤੋਂ ਆਪਣੇ ਸਾਰੇ NRI ਵੀਰਾਂ ਨੇ ਜਿਹਨਾਂ ਨੇ ਹੈਲਪ ਕੀਤੀ, ਨਾਂ ਬਹੁਤ ਨੇ, ਮੈਨੂੰ ਕੁਛ ਨਾਂ ਯਾਦ ਆਏ, ਮੈਂ ਕਿਹਾ ਮੈਂ ਲੈ ਦਾਂ, ਅੱਜ ਵੀ ਸੁਦੀਪ ਜੀ ਨੇ ਤੇ ਨਵੀ ਜੀ ਨੇ ਕਹਿ ਕੇ ਇਹ ਪ੍ਰੋਗਰਾਮ ਕਰਾਇਆ ਤੇ ਆਪਾਂ ਗੱਲਾਂ ਕਰ ਸਕੇ, ਫਰੋਮ ਦਾ ਕੋਰ ਆਫ ਮਾਈ ਹਾਰਟ ਬਹੁਤ ਬਹੁਤ ਧੰਨਵਾਦ। ਬਹੁਤ ਸ਼ੁਕਰੀਆ ਜੀ, ਤੁਹਾਡੀ ਆਵਾਜ਼ ਦੇ ਵਿੱਚ ਤੁਹਾਡਾ ਪੈਸ਼ਨ ਜਿਹੜਾ ਉਹ ਝਲਕਦਾ ਹੈਗਾ, ਔਰ ਅਗੇਨ ਮੈਂ ਕਹਿ ਦਵਾਂ ਕਿ ਅਸੀਂ ਆਈ ਡੋਂਟ ਵਾਂਟ ਟੂ ਬਲਰ ਦਾ ਲਾਈਨਸ, ਮੀਡੀਆ ਦੇ ਵਿੱਚ ਆਪਣੀ ਹੱਦ ਦੇ ਵਿੱਚ ਰਹਿੰਦੇ, ਅਸੀਂ ਗੱਲ ਕਰਨਾ ਚਾਹਾਂਗੇ ਕਿ ਯੈਸ ਤੁਹਾਡੀਆਂ ਇੰਟੈਂਸ਼ਨਸ ਦੇ ਉੱਤੇ ਕੋਈ ਡਾਊਟ ਨਹੀਂ ਹੈ, ਤੁਹਾਡੀ ਇੰਟੈਲੀਜੈਂਸ, ਤੁਹਾਡੀ ਜੀਨੀਅਸ ਜੋ ਕੇਜਰੀਵਾਲ ਸਾਹਿਬ ਹੈਗੇ ਨੇ ਉਹਨਾਂ ਦੇ ਉੱਤੇ ਕੋਈ ਡਾਊਟ ਨਹੀਂ ਹੈ, ਦਾ ਓਨਲੀ ਥਿੰਗ ਵਿਲ ਕੰਸਿਸਟੈਂਟਲੀ ਕੁਸ਼ਚਨ ਯੂ ਔਨ ਦਾ ਇੰਪਲੀਮੈਂਟੇਸ਼ਨ ਐਸਪੈਕਟ। ਜੇ ਤੁਸੀਂ ਉਹ ਕਰ ਗਏ ਤਾਂ ਫਿਰ ਸਰ ਹਜੇ ਪੰਜਾਬ ਤੇ ਸ਼ੁਰੂਆਤ ਹੈ, ਬਾਕੀ ਸਾਰੇ ਇੰਡੀਆ ਡੈਫੀਨੇਟਲੀ ਤੁਹਾਡੇ ਨਾਲ ਚੱਲੇਗਾ। ਵੀ ਵਿਸ਼ ਯੂ ਆਲ ਦਾ ਬੈਸਟ ਹਿਮਤ ਸਿੰਘ ਸ਼ੇਰਗਿੱਲ ਜੀ, ਥੈਂਕ ਯੂ ਵੈਰੀ ਮਚ ਫੋਰ ਯੋਰ ਟਾਈਮ, ਆਲ ਦੀ ਬੈਸਟ। ਥੈਂਕ ਯੂ ਸਰ, ਥੈਂਕਸ ਲੋਟ।